ਮੇਰਾ ਵਾਲਿਆ ਲਾਜ ਰੱਖ ਲੈ ਗਰੀਬ ਦੀ, ਮੇਰਾ ਵਾਲਿਆ ਲਾਜ ਰੱਖ ਲੈ ਗਰੀਬ ਦੀ। ਚੰਗੀ ਗੱਲ ਕੀਰਾ ਪਾ ਦੇ ਚੰਗੀ ਗੱਲ।
ਦੀ ਮੇਰਾ ਵਾਲਿਆ ਤਾਜ ਰੱਖ ਲੈ ਗਰੀਬ ਦੀ ਮੇਰਾ ਵਾਲਿਆ ਲਾਜ 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 ਰੱਖ ਲੈ ਗਰੀਬ ਦੀ ਨੌਜਵਾਨ ਆਗੂ ਸਾਹਿਬਾਨ ਸਾਡੀ ਆ ਹਾਜ਼ਰੀ ਆ ਪ੍ਰਵਾਨ ਕਰੋ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ੇ ਹੋਏ ਨਾਰੇ ਬੁਲੰਦ ਆਵਾਜ਼ ਚ ਗੰਜਾਓ ਇੱਕ ਵਾਰੀ ਅੱਖੋ ਖੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਕਹਿਣ ਤੋਂ ਪਹਿਲਾਂ ਚੇਅਰਮੈਨ ਸਾਹਿਬ ਇਸ ਨਗਰ ਦੇ ਮੁੱਖ ਸੇਵਾਦਾਰ ਵਕੀਲ ਸਾਹਿਬ ਰਮੇਲ ਸਿੰਘ ਜੀ ਢਾਡੀਏ ਦਾ ਮਾਣ ਕਰਕੇ ਆਗੂ ਸਾਹਿਬਾਨ ਸਰਦਾਰ ਗੋਬਿੰਦ ਸਿੰਘ ਜੀ ਉਹਨੇ ਮਾਣ ਕਰਕੇ ਜੋ ਮੈਂ ਕੁਝ ਕਵਾਂ ਸਭ ਤੋਂ ਪਹਿਲਾਂ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਵਿੱਚੋਂ ਇੱਕ ਚੀਜ਼ ਕਹਿ ਕੇ ਮੈਂ ਕਿਸੇ ਜੰਗੀ ਜਰਨੈਲ ਦੇ ਇਤਿਹਾਸ ਦੀ ਗੱਲ ਕਰਨੀ ਹੁਕਮ ਹੋਇਆ ਸੀ ਸਰਦਾਰ ਹਰੀ ਸਿੰਘ ਨਲੂਏ ਦਾ ਨਲੂਆ ਜੇ ਜਨਮ ਤੋਂ ਲੱਗ ਕੇ ਉਹਦੀ ਮੌਤ ਤੇ ਗਾਇਆ ਜਾਵੇ ਤੇ ਦੋ ਦਿਨ ਲੱਗ ਜਾਂਦੇ ਉਹਦੇ ਜੀਵਨ ਦੀ ਘਟਨਾ ਤੁਹਾਡੀ ਜੱਥਾ ਤੁਹਾਡੀ ਸੇਵਾ ਚ ਵਰਣਨ ਕਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚੁੱਪਈ ਮੈਂ ਪਿਛਲੀ ਵਾਰੀ ਬੇਨਤੀ ਕਰ ਗਿਆ ਸੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਲਪਰਾ ਭਾਈ ਕੇ ਤੂੰ ਜ਼ਫਰਨਾਮਾ ਲਿਖ ਦੇ ਜ਼ਫਰਨਾਮਾ ਲਿਖਣ ਤੋਂ ਬਾਅਦ ਸ਼ਹਿਨਸ਼ਾਹ ਮਾਲਵੇ ਦੇ ਪਿੰਡ ਦੀਨਾ ਸਾਹਿਬ ਦੇ ਵਿੱਚ ਸਤਿਗੁਰੂ ਕਾਫੀ ਚਿਰ ਬਰਾਜਮਾਨ ਰਹੇ ਮੈਨੂੰ ਹੁਕਮ ਹੋਇਆ ਜ਼ਫਰਨਾਮੇ ਦੀ ਗੱਲ ਮੈਂ
ਇੱਕ ਸੁਣਾ ਦੇਵਾਂ। ਸ਼ਹਿਨਸ਼ਾਹ ਮਹਾਰਾਜ ਪਿਛਲੀ ਵਾਰੀ ਇਤਿਹਾਸ ਵਿਚਾਲੇ ਰਹਿ ਗਿਆ ਸੀ। ਗੁਰੂ ਸਾਹਿਬ ਲੰਮੇ ਜਗਤਪੁਰਿਆਂ ਤੋਂ ਤਖਤੋਪੁਰੇ ਪਿੰਡ ਪਹੁੰਚੇ। ਤਖਤੋਪੁਰਾ ਮਾਲਵੇ ਦਾ ਪ੍ਰਸਿੱਧ ਪਿੰਡ ਹੈ। ਇੱਥੇ ਸ਼ਹਿਨਸ਼ਾਹ ਮਹਾਰਾਜ ਨੇ ਅੱਜ ਜਿੱਥੇ ਅੰਮ੍ਰਿਤ ਸਰੋਵਰ ਬਣਿਆ ਹੋਇਆ ਇੱਥੇ ਸਣੇ ਘੋੜੇ ਇਸ਼ਨਾਨ ਕੀਤਾ। ਇੱਥੋਂ ਗੁਰੂ ਸਾਹਿਬ ਅਗਲੇ ਪਾਸੇ ਨਗਰ ਮੰਧੇਰ ਪਹੁੰਚੇ। ਮੰਧੇਰ ਸ਼ਹਿਨਸ਼ਾਹ ਦੇ ਪੈਰ ਦੇ ਉੱਤੇ ਪਾਕਾ ਹੋਇਆ ਸੀ। ਇਸ ਪਾਕੇ ਦੇ ਉੱਤੋਂ ਇੱਕ ਲੁਹਾਰ ਮੁਸਲਮਾਨ ਨੇ ਪੱਟੀ ਖੋਲੀ। ਗੁਰੂ ਸਾਹਿਬ ਦੇ ਪੈਰ ਦਾ ਪਾਕਾ ਫਿੱਸਿਆ। ਇੱਥੇ ਗੁਰੂ ਘਰ ਬਣਿਆ ਪਾਕਾ ਸਾਹਿਬ। ਇੱਥੋਂ ਸ਼ਹਿਨਸ਼ਾਹ ਮਹਾਰਾਜ ਮੰਧੇਰ ਵਾਲਿਆਂ ਨੂੰ ਸੈਤੋਕੇ ਵਾਲਿਆਂ ਨੂੰ ਦੁੱਧਦੀਆਂ ਨਦੀਆਂ ਦਾ ਵਰ ਦੇ ਕੇ ਅਗਲੇ ਪਾਸੇ ਮਾਲਵੇ ਦਾ ਪਿੰਡ ਦੀਨਾ ਗੁਰੂ ਸਾਹਿਬ ਦੀਨਾ ਸਾਹਿਬ ਨੂੰ ਚੱਲੇ। ਦੀਨਾ ਬਾਬੇ ਮਹਿਰ ਮਿੱਠੇ ਦੀ ਔਲਾਦ ਵਿੱਚੋਂ ਤਖਤ ਮੱਲ ਨੇ ਵਸਾਇਆ ਸੀ। ਤਖਤ ਮੱਲ ਛੇਵੇਂ ਸਤਿਗੁਰੂ ਮੀਰੀ ਪੀ ਦੇ ਮਾਲਕ ਉਹਨਾਂ ਦੇ ਸਿੱਖ ਰਾਏ ਜੋਧਾ ਪੋਤਰਾ ਸੀ। ਇਹਦੇ ਤਿੰਨ ਪੋਤਰੇ ਹੋਏ ਲਕਮੀ ਸ਼ਮੀਰ ਤੇ ਤਖਤਮਲ। ਸ਼ਮੀਰ ਤੇ ਲਕਮੀ ਇਹ ਕਾਂਗੜ ਦੇ ਚੌਧਰੀ ਬਣੇ। ਤਖਤਮਲ ਨੇ ਕਾਂਗੜ ਤੋਂ ਉੱਠ ਕੇ ਤੀਨਾ ਪਿੰਡ ਵਸਾਇਆ। ਇਹ ਪਿੰਡ ਆਪਣੇ ਨਾਨਕਿਆਂ ਜੈਤੋ ਦੇ ਨਾਲ ਸਾਂਝਾ ਵਸਾਇਆ। ਕੁਝ ਤੇ ਜੈਤੋ ਦੇ ਅੱਗੇ ਬਰਾੜ ਵਸੇ, ਕੁਝ ਢਾਲੀਵਾਲ ਕਾਂਗੜ ਤੋਂ ਉੱਠ ਕੇ ਵਸੇ। ਇਹਦੇ ਅਗਲੇ ਪਾਸੇ ਪਿੰਡ ਪੈਂਦਾ ਸੀ ਪੱਤੋ ਹੀਰਾ ਸਿੰਘ। ਪੱਤੋ ਹੀਰਾ ਸਿੰਘ ਬਰਾੜਾ ਨੇ ਵਸਾਇਆ। ਇਹਨਾਂ ਦਾ ਧਾਲੀਵਾਲਾਂ ਦੇ ਨਾਲ ਰੌਲਾ ਚੱਲਿਆ। ਇਹਨਾਂ ਨੇ ਆਪਣੀ ਹੱਥ ਦੇ ਉੱਤੇ ਇੱਕ ਵਿਚਾਲੇ ਖਾਲੀ ਪੁੱਟ ਦਿੱਤੀ ਕਿ ਧਾਲੀਵਾਲ ਬਰਾੜਾ ਵਾਲੇ ਪਾਸੇ ਨਾ ਵਧਣ, ਬਰਾੜ ਧਾਲੀਵਾਲਾ ਵਾਲੇ ਪਾਸੇ ਨਾ ਵਧਣ। ਇਹ ਖਾਈ ਪੁੱਟੀ ਗਈ। ਬਾਅਦ ਵਿੱਚ ਇੱਥੇ ਪਿੰਡ ਵਸਿਆ, ਉਹਦਾ ਨਾਂ ਵੀ ਖਾਈ ਰੱਖਿਆ ਗਿਆ। ਸ਼ਹਿਨਸ਼ਾਹ ਮਹਾਰਾਜ ਜਦੋਂ ਦੀਨਾ ਸਾਹਿਬ ਪਹੁੰਚੇ, ਸਤਿਗੁਰੂ ਸ਼ਹਿਨਸ਼ਾਹ ਮਹਾਰਾਜ ਨੇ ਆਪਣਾ ਉਤਾਰਾ ਇੱਕ ਗਰੀਬ ਮਿਸਤਰੀ ਦੇਸੂ ਦੇ ਘਰ ਵਿੱਚ ਕੀਤਾ। ਦੇਸੂ ਦੇ ਕੋਠੇ ਦੇ ਉੱਤੇ ਕੱਚੀਆਂ ਤੇ ਪੱਕੀਆਂ ਇੱਟਾਂ ਦਾ ਇੱਕ ਚਬਾਰਾ ਬਣਾਇਆ। ਇਸ ਚਬਾਰੇ ਦੇ ਵਿੱਚ ਸ਼ਹਿਨਸ਼ਾਹ ਮਹਾਰਾਜ ਬੈਠੇ। ਲਖਮੀਰ ਤੇ ਸ਼ਮੀਰ ਸਤਿਗੁਰੂ ਦੇ ਚਰਨਾਂ 'ਚ ਪਹੁੰਚੇ ਆ, ਭਾਈ ਤਖਤਮਲ ਪਹੁੰਚਿਆ। ਇਹਨਾਂ ਨੇ ਬੇਨਤੀ ਕੀਤੀ, ਸ਼ਹਿਨਸ਼ਾਹ ਤੁਸੀਂ ਕਾਂਗੜ ਚੱਲੋ, ਉੱਥੇ ਸਾਡੀ ਪੱਕੀ ਹਵੇਲੀ ਹੈ, ਕੱਚੀਆਂ ਇੱਟਾਂ ਦੀ ਸਾਡੀ ਹਵੇਲੀ ਹੈ, ਅੱਜ ਵੀ ਹਵੇਲੀ। ਉਹ ਕਿਲ੍ਹਾ ਭਾਵੇਂ ਨੀਵਾਂ ਹੋ ਗਿਆ, ਪਾਸੀ ਨੱਕਰ ਵਸ ਗਿਆ, ਹਾਲੇ ਵੀ ਉਹਦੇ ਖੰਡਰ ਮੌਜੂਦ ਹੈ ਜਿਹਦੇ ਵਿੱਚ ਪ੍ਰਗਟ ਸਿੰਘ ਧਾਲੀਵਾਲ ਦੀ ਵਸੋਂ ਕੀਤੀ ਹੋਈ। ਇੱਧਰ ਮੈਂ ਗੱਲ ਕਰ ਰਿਹਾ ਸੀ, ਧਿਆਨ ਦਿਓ। ਸ਼ਹਿਨਸ਼ਾਹ ਮਹਾਰਾਜ ਕਹਿਣ ਲੱਗੇ, ਸ਼ਮੀਰ ਹਾਲੀ ਟਾਈਮ ਨਹੀਂ, ਜਦੋਂ ਟਾਈਮ ਆਇਆ ਉਦੋਂ ਜ਼ਰੂਰ ਕਾਂਗੜ ਚੱਲਾਂਗੇ, ਹਾਲੇ ਤੇ ਗਰੀਬ ਦੀ ਕੁੱਲੀ ਨੂੰ ਭਾਤ ਲਾਉਣੇ। ਇੱਥੇ ਹੀ ਭਾਈ ਰੂਪੇ ਤੋਂ ਚੱਲ ਕੇ ਭਾਈ ਕਰਮ ਚੰਦ ਤੇ ਧਰਮ ਚੰਦ ਸ਼ਹਿਨਸ਼ਾਹ ਦੇ ਦਰਸ਼ਨਾਂ ਵਾਸਤੇ ਆਇਆ। ਇਹਨਾਂ ਨੇ ਘੋੜਾ
ਇਹਨਾਂ ਨੇ ਇੱਕ ਪੋਸ਼ਾਕ, ਇਹਨਾਂ ਨੇ ਖੰਡਾ ਉਹ ਸ਼ਹਿਨਸ਼ਾਹ ਮਹਾਰਾਜ ਦੇ ਚਰਨਾਂ 'ਚ ਭੇਟਾ ਕੀਤਾ। ਗੁਰੂ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਮਹਾਰਾਜ ਨੇ ਭਾਈ ਲਖਵੀਰ ਨੂੰ ਬੁਲਾਇਆ, ਲਖਵੀਰ ਆ ਖੰਡਾ ਆ ਘੋੜਾ ਆ ਪੋਸ਼ਾਕ ਗੁਰੂ ਘਰ ਵੱਲੋਂ ਤੈਨੂੰ ਬਖਸ਼ ਦਿੰਦੇ, ਨਾਲੇ ਤੋਂ ਸਾਡੀ ਸੇਵਾ ਕੀਤੀ ਹੈ, ਇਹ ਘੋੜੇ ਦੇ ਉੱਤੇ ਅਸਵਾਰ ਹੋ ਜਾ, ਇਹ ਖੰਡਾ ਪਹਿਨ ਲੈ, ਇਹ ਪੋਸ਼ਾਕ ਪਹਿਨ ਲੈ, ਜਿੱਥੋਂ ਤੱਕ ਚੜ ਕੇ ਘੋੜੇ ਤੇ ਗੇੜਾ ਦੇ ਦੇਗਾ ਤੁਹਾਡਾ ਰਾਜ ਹੋ ਜਾਊਗਾ। ਇਹਨੇ ਪੋਸ਼ਾਕ ਪਹਿਨੀ ਹੈ, ਇਹਨੇ ਖੰਡਾ ਪਹਿਨੇ ਹੈ, ਇਹ ਘੋੜੇ ਤੇ ਸਵਾਰ ਹੋਇਆ, ਇਹ ਆਪਣੇ ਘਰੇ ਪਹੁੰਚੇ। ਇਹਦਾ ਮਾਮਾ ਸੀ ਮੀਏ ਨੂੰ ਮੰਨਣ ਵਾਲਾ, ਉਹਦਾ ਨਾਮ ਸੀ ਲੱਖੂ। ਇਹ ਜੈਤੋਂ ਦੇ ਰਹਿਣ ਵਾਲਾ ਸੀ, ਇਹ ਆਪਣੀ ਭੈਣ ਕੋਲ ਹੀ ਰਿਹਾ ਕਰਦਾ ਸੀ। ਇਹਨੂੰ ਪੁੱਛਿਆ, ਲਖਮੀਰ ਆ ਘੋੜਾ ਤੇ ਪੋਸ਼ਾਕ ਕਿਹਨੇ ਦਿੱਤੀ? ਉਹ ਕਹਿੰਦਾ, ਮਾਮਾ ਇਹ ਗੁਰੂ ਕੀ ਹੈ ਬਖਸ਼ਿਸ਼ ਹੈ, ਇਹ ਸ਼ਹਿਨਸ਼ਾਹ ਮਹਾਰਾਜ ਨੇ ਪੋਸ਼ਾਕ ਦਿੱਤੀ ਹੈ। ਤੇ ਗੁਰੂ ਸਾਹਿਬ ਨੇ ਇਹ ਵੀ ਕਿਹਾ ਬਈ ਜਿੱਥੋਂ ਤੱਕ ਚੜ ਕੇ ਤੂੰ ਗੇੜਾ ਦੇ ਦੇਗਾ ਨਾ ਉੱਥੋਂ ਤੱਕ ਤੁਹਾਡਾ ਰਾਜ ਹੋ ਜਾਊਗਾ। ਲੱਖੂ ਕਹਿਣ ਲੱਗਿਆ, ਇਹ ਸਤਿਗੁਰਾਂ ਨੂੰ ਮੰਨਦਾ ਨਹੀਂ ਸੀ, ਇਹ ਮੀਏ ਨੂੰ ਮੰਨਦਾ ਸੀ। ਇਹ ਕਹਿਣ ਲੱਗਿਆ, ਐਵੇਂ ਸਾਧਾ ਕੋਲੇ ਗੱਲਾਂ ਹੀ ਹੁੰਦੀਆਂ, ਸੰਤ ਗੱਲਾਂ ਵਧਾ ਚੜਾ ਕੇ ਕਰਦੇ ਹੁੰਦੇ ਆ, ਜਿਹੜਾ ਆਪਣਾ ਕਾਰੋਯਾਰੀ ਫਿਰਦਾ ਹੈ ਕਿ ਉਹ ਤੈਨੂੰ ਕਿੱਥੇ ਰਾਜ ਬਖਸ਼ ਦੂਗਾ। ਲਖਮੀਰ ਦੀ ਸ਼ਰਧਾ ਪਰ ਫੇਰ ਕਹਿੰਦਾ, ਲਖਮੀਰ ਚੱਲ ਜੇ ਨਾ ਕੁਛ ਦਿਓ ਤੇ ਕੁਛ ਲੈਂਦਾ ਤਾਂ ਨਹੀਂ, ਤੂੰ ਐ ਕਰ ਘੋੜੇ ਤੇ ਚੜ ਕੇ ਪਿੰਡ ਤੋਂ ਨਹੀਂ ਗੇੜਾ ਦੇ, ਹਾਂ ਚੱਲ ਜੋ ਕੁਛ ਹੋਊ ਇੰਨਾ ਕੀ ਮਿਲ ਜੂਗਾ। ਨਾਲੇ ਤੇ ਉਹਦੀ ਸ਼ਰਧਾ ਖਰਾਬ ਕਰ ਦਿੱਤੀ, ਨਾਲੇ ਲਖਮੀਰ ਘੋੜੇ ਤੇ ਚੜਿਆ, ਦੋ ਚਿੱਠੀ ਚ ਪਿਆ, ਪਿੰਡ ਤੋਂ ਦੀ ਗੇੜਾ ਦੇ ਆਇਆ। ਜਦੋਂ ਗੁਰੂ ਸਾਹਿਬ ਦੇ ਚਰਨਾਂ ਚ ਹਾਜ਼ਰ ਹੋਇਆ, ਸ਼ਹਿਨਸ਼ਾਹ ਕਹਿੰਦੇ, ਲਖਮੀਰ ਤੈਥੋਂ ਦਾਤਾਂ ਨਹੀਂ ਸੰਭਾਲੀਆਂ ਗਈਆਂ, ਤੈਨੂੰ ਗੁਰੂ ਘਰ ਚੋਂ ਦਾਤਾਂ ਮਿਲ ਗਈਆਂ ਸੀ। ਉਹ ਕਹਿੰਦਾ, ਜੀ ਮੇਰੇ ਮਾਮੇ ਨੇ ਕਹਿ ਦਿੱਤਾ ਕਿ ਜਿਹੜਾ ਆਪਣਾ ਘਰ ਬਾਰ ਉਜਾੜੀ ਫਿਰਦਾ ਤੈਨੂੰ ਕਿੱਥੋਂ ਰਾਜ ਬਖਸ਼ ਦੂਗਾ, ਇੱਥੇ ਸੰਤਾਂ ਦੀਆਂ ਗੱਲਾਂ ਹੁੰਦੀਆਂ। ਸਤਿਗੁਰੂ ਕਹਿੰਦੇ, ਲਖਮੀਰ ਫੇਰ ਵੀ ਤੂੰ ਚੰਗਾ ਰਹਿ ਗਿਆ, ਹੁਣ ਜਿੱਥੋਂ ਤੱਕ ਘੋੜਾ ਫੇਰ ਲਿਆ ਤੁਹਾਡਾ ਉੱਥੋਂ ਤੱਕ ਰਾਜ ਹੋ। ਇੱਥੋਂ ਕਾਂਗੜ ਦੇ ਤਾਲੀ ਵਾਲਾ ਦੀ ਜਗੀਰ ਸੀ, ਇੱਕ ਪੀੜ ਖਲੋਤਾ ਹੈ, ਇਹ ਜੰਗਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਸ਼ਾਨੀ ਵੱਲੋਂ ਇਹ ਧਾਲੀ ਵਾਲਾ ਨੇ ਸਰਕਾਰ ਨੂੰ ਦੇ ਦਿੱਤਾ, ਅੱਜ ਇਹ ਸਰਕਾਰੀ ਜੰਗਲ ਹੈ। 114 ਕਿੱਲੇ ਦੇ ਵਿੱਚ ਇਹ ਜੰਗਲ, ਇਹਦੇ ਖੱਬੇ ਪਾਸੇ ਗੁਰੂ ਘਰ ਬਣਿਆ ਜ਼ਫਰਨਾਮਾ, ਅੱਜ ਇੱਥੇ ਨਿਹੰਗ ਸਿੰਘ ਬਾਬਿਆਂ ਦਾ ਕਬਜ਼ਾ ਹੈ। ਸੰਤ ਬਾਬਾ ਮਨੀਸ਼ ਸਿੰਘ ਨੇ ਇਸ ਗੁਰੂ ਘਰ ਦੀ ਸੇਵਾ ਕਰਾਈ। ਇਹ ਕਿਸੇ ਟਾਈਮ ਇਸੇ ਜੰਗਲ ਦੇ ਵਿੱਚ ਹੁੰਦਾ ਸੀ, ਅੱਜ ਇੱਕ ਜੰਗਲ ਤੋਂ ਕਿੱਲਾ ਪਾਸੇ ਇਹ ਜੰਗਲ ਪੱਟ ਕੇ ਇਹ ਜ਼ਮੀਨ ਗੁਰੂ ਘਰ ਦੇ ਨਾਂ ਲਾਈ ਗਈ। ਇੱਥੇ ਸ਼ਹਿਨਸ਼ਾਹ ਮਹਾਰਾਜ ਬੈਠੇ ਆ, ਗੁਰੂ ਸਾਹਿਬ ਹੱਥੇ ਕਰਦ ਸਾਰੇ ਸਿੰਘਾਂ ਨੇ ਪੁੱਛਿਆ, ਸ਼ਹਿਨਸ਼ਾਹ ਇਹ ਕੀ ਭਾੜਾ? ਗੁਰੂ ਸਾਹਿਬ ਕਹਿੰਦੇ, ਕਰਦ ਤਿੱਖੀ ਕਰਨੀ ਹੈ, ਕਰ ਤਿੱਖੀ ਕਰਨੀ ਹੈ ਹੱਥ ਦੇ ਉੱਤੇ। ਸ਼ਹਿਨਸ਼ਾਹ ਕਹਿੰਦੇ, ਤੁਸੀਂ ਸਿੰਘੋ ਤਲਵਾਰ ਦਾ ਜੰਗ ਵੇਖਿਆ, ਤੁਸੀਂ ਬੰਦੂਕਾਂ ਦਾ ਜੰਗ ਵੇਖਿਆ, ਤੁਸੀਂ ਨੇਜਿਆਂ ਦਾ ਜੰਗ ਵੇਖਿਆ, ਪਰ ਜਿਹੜਾ ਅੱਜ ਜੰਗ ਲੜਨਾ ਇਹ ਕਲਮ ਦਾ ਜੰਗ ਹੈ, ਕਲਮ ਦਾ। ਹੁਣ ਤੁਸੀਂ ਦੱਸੋ ਖਾਲਸਾ ਜੀ
ਇੱਥੋਂ ਬੈਠੇ ਕਲਮ ਦੇ ਨਾਲ ਕਿਹਦਾ ਖਤਮਾ ਕਰ ਦਈਏ? ਬਜੀਤੇ ਦਾ? ਸਿੰਘ ਕਹਿੰਦੇ ਸ਼ਹਿਨਸ਼ਾਹ ਝੋਟਾ ਮਾਰ ਦਿਓ। ਇੱਕ ਬੰਦਾ ਦਵਾਈ ਲਈ ਗਿਆ, ਉਹ ਦਵਾਈ ਲਈ ਆਵੇ, ਉਹ ਕਹਿੰਦੇ ਕੀ ਗੱਲ? ਕਹਿੰਦਾ ਜੀ ਝੋਟੇ ਲਈ ਜੂਆਂ ਪੈ ਗਈਆਂ, ਜੂਆਂ ਮਾਰਨੀਆਂ। ਇੱਕ ਮੇਰੇ ਵਰਗਾ ਸਲਾਹ ਦੇਣ ਲੱਗੇ, ਕਹਿੰਦਾ ਲੋੜ ਦੀ ਜੂਆਂ ਮਾਰਨ ਦੀ, ਝੋਟਾ ਹੀ ਮਾਰਦੇ ਜੂਆਂ ਆਪੇ ਹੀ ਸੁੱਕ ਜਾਣਗੀਆਂ। ਸ਼ਹਿਨਸ਼ਾਹ ਮਹਾਰਾਜ, ਜੇ ਕਿਰਪਾ ਕਰਨੀ ਹੈ ਤਾਂ ਔਰੰਗਜ਼ੇਬ ਦਾ ਖਾਤਮਾ ਕਰੋ, ਔਰੰਗਜ਼ੇਬ ਦਾ। ਜੇ ਝੋਟਾ ਮਰ ਗਿਆ ਤੇ ਜੂਆਂ ਨੇ ਆਪੇ ਹੀ ਸੁੱਕ ਜਾਣਾ, ਜੇ ਔਰੰਗਜ਼ੇਬ ਖਤਮ ਹੋ ਗਿਆ ਤੇ ਬਜ਼ੀਦਿਆਂ ਨੇ ਆਪੇ ਖਤਮ ਹੋ ਜਾਣਾ। ਸ਼ਹਿਨਸ਼ਾਹ ਮਹਾਰਾਜ ਇਸ ਜੰਗਲ ਦੇ ਖੂੰਜੇ ਚ ਇੱਕ ਚਿੱਟੀ ਚਾਦਰ ਦੇ ਉੱਤੇ ਬੈਠੇ, ਕੋਰੇ ਕਾਗਜ਼ ਦੀ ਛਾਤੀ ਦੇ ਉੱਤੇ ਖਾਨ ਔਰੰਗਜ਼ੇਬ ਨੂੰ ਦੋ ਖੜੀਆਂ ਕਰੀਆਂ ਗੱਲਾਂ, ਜਿਸ ਨੂੰ ਅਸੀਂ ਜ਼ਫਰਨਾਮਾ ਕਹਿੰਦੇ, ਕਈ ਜ਼ਫਰਨਾਮਾ ਕਹਿ ਦਿੰਦੇ। ਜ਼ਫਰ ਮੇਰੇ ਦੁੱਖ ਹੁੰਦਾ, ਜ਼ਫਰ ਡੱਡੇ ਦੇ ਪੈਰ ਚ ਬਿੰਦੀ ਲਾ ਕੇ ਫਤਿਹ ਹੁੰਦਾ। ਸੋ ਮੈਂ ਗੱਲ ਕਰਨ ਲੱਗੇ ਇਹ ਜ਼ਫਰਨਾਮਾ ਫਤਿਹ ਦੀ ਚਿੱਠੀ ਸ਼ਹਿਨਸ਼ਾਹ ਮਹਾਰਾਜ ਇੰਜ ਲਿਖਣ ਲੱਗੇ। ਬਦਲੇ ਲੈ ਲੂ ਕਹਿਣ ਕਹਿਣ ਕੇ ਪੰਪ
ਸਦੇ ਨਾ ਸਾਡਾ ਡੁੱਲਿਆ ਖੂਨ ਮਸੂਮਾ ਦਾ ਹੱਟੀ ਮੈਨੂੰ ਪਾਪ ਜ਼ਾਲ ਨਾ ਇਹ ਮਜ਼ਲੂਮਾ ਦਾ ਹੋ ਫੂਕ ਸਿੱਧੂ ਦਾ ਧਰਤੀ ਕਰੀਆਂ ਵਾਂਗੂ ਕਹਿਣ ਕਹਿਣ ਕੇ ਮੇਰਾ
ਸਰੰਗੀ ਦੇ ਉੱਤੇ ਜੋ ਸਾਥ ਦੇ ਰਹੇ ਆ, ਸੰਗੀਤ ਨੇ ਕਰ ਰਹੇ ਆ, ਜਿਨ੍ਹਾਂ ਨੂੰ ਮੈਂ ਛੋਟਾ ਜਿਹਾ ਹੁੰਦਾ ਰਿਕਾਰਡਾਂ ਸੁਣਿਆ ਕਰਦਾ ਸੀ, ਬੂਟਾ ਸਿੰਘ ਬਿਲਾਸਪੁਰ ਇਸ ਨਗਰ ਦੇ ਵਿੱਚ ਚਾਰ ਪੰਜ ਵਾਰੀ ਪਹਿਲਾਂ ਸੇਵਾ ਕਰਕੇ ਅੱਜ ਅਮੈਰੀਕਾ ਦੇ ਵਿੱਚ ਪੱਕੇ ਆ, ਇੰਡੀਆ ਆਏ ਹੋਏ ਸੀ। ਅੱਜ ਅਸੀਂ ਬੇਨਤੀ ਕਰਕੇ ਜਦੋਂ ਨਾਮ ਦੱਸਿਆ ਤੁਹਾਡੇ ਪਿੰਡ ਦਾ, ਤੁਹਾਨੂੰ ਬੜੀ ਖੁਸ਼ੀ ਹੋ ਗਈ। ਅਸੀਂ ਬੇਨਤੀ ਕਰਕੇ ਅੱਜ ਸਪੈਸ਼ਲ ਤੌਰ ਤੇ ਤੁਹਾਡੇ ਨਗਰ ਚ ਲੈ ਕੇ ਆਏ। ਮੈਂ ਛੋਟਾ ਜਿਹਾ ਹੁੰਦਾ ਜਦੋਂ ਸੁਣਨ ਵਾਸਤੇ ਜਾਇਆ ਕਰਦਾ ਸੀ, ਤੇ ਜਦੋਂ ਮੈਂ ਰਾਮਪੁਰਾ ਰੋਲ ਮਾਸਟਰ ਹੁੰਦਾ ਸੀ, ਇਹ ਫੋਨ ਗਾਉਣ ਗਏ ਤਾਂ ਮੈਨੂੰ ਉਹਨਾਂ ਨੇ ਕਿਹਾ ਕਿਤੇ ਢਾਡੀਆਂ ਦਾ ਬਹੁਤਾ ਮੋਹ ਜਿਹਾ ਕਰਦਾ ਢਾਡੀ ਅਮਰ ਜੀ, ਤੇ ਉਹ ਇਹਨਾਂ ਦੇ ਕਹੇ ਹੋਏ ਬਚਨ ਅਸਾਲੀ ਨਿਕਲੇ। ਸੋ ਮੈਨੂੰ ਕਈ ਦਫ਼ਾ ਇਹ ਸ਼ੀਸ਼ਾ ਦਿੰਦੇ ਹੁੰਦੇ ਤੇ ਮੈਂ ਤੇ ਬਲਾਵ ਸਿੰਘ ਸਾਹਿਬ ਇਹ ਤੁਹਾਡੀ ਜਿਹੜੀ ਮੈਂ ਸੇਵਾ ਕੀਤੀ ਹੈ ਤੁਹਾਨੂੰ ਕੰਟੀਨਿਊਸ ਟਾਈਮ ਹੈ। ਦੁੱਲੇ ਵਾਲੇ ਦੀਵਾਨ ਦੇ ਉੱਤੇ ਜਦੋਂ ਕਵੇ ਪਤਲਾ ਜਿਹਾ ਹੁੰਦਾ ਸੀ ਬਾਈ ਕੱਟੀ ਪਰ ਬੰਨ ਕੇ ਰਣਜੀਤ ਸਿੰਘ ਸਿੱਧਵਾਂ ਵਾਲੇ ਦੇ ਨਾਲ ਪਹਿਲੀ ਵਾਰ ਗਾਉਣ ਗਏ ਤੇ ਮੈਂ ਬਿਲਕੁਲ ਬੱਚਾ ਜਿਹਾ ਸੀ, ਮੈਂ ਪੱਖੀ ਦੀ ਸੇਵਾ ਕਰਦਾ ਸੀ। ਸੋ ਬੜੇ ਉੱਥੇ ਦਰਸ਼ਨ ਕਰ ਲੈਣ, ਉਹਨਾਂ ਵੱਲੋਂ 100 ਰੁਪਇਆ ਬਿਲਾਸਪੁਰੀ ਸਾਹਿਬ ਵੱਲੋਂ ਮਾਣ ਵਿੱਚ ਢਾਡੀ ਜਿੱਥੇ ਨੂੰ ਦਿੱਤਾ ਗਿਆ, ਕਿਉਂਕਿ ਮੈਂ ਤਾਂ ਇਹਨਾਂ ਦੇ ਚੇਤਿਆਂ ਵਰਗ ਹੀ ਹਾਂ। ਬਲਦੇਵ ਸਿੰਘ ਬਿੱਲੂ ਤੇ ਇਕੱਠੇ ਇਹਨਾਂ ਨੇ 12 ਸਾਲ ਇਕੱਠਿਆਂ ਨੇ ਗਾਇਆ, ਹੁਣ ਤੋਂ ਮੈਂ ਅੱਗੇ ਤੋਰ ਲੱਗੇ। ਤਖਤ ਖਾਲਸਾ ਮੇਰਾ ਪਤਲੇ ਲਹਿਲੂ ਗਿਣ ਗਿਣ, ਗੱਲ ਬਦਲਿਆਂ ਦੀ ਚੱਲਦੀ ਹੈ। ਸ਼ਹਿਨਸ਼ਾਹ ਮਹਾਰਾਜ ਨੇ ਕਿਹਾ ਕਦੇ ਨੀ ਵਿਰਥਾ ਜਾਣਾ ਟੁੱਲਿਆ, ਕੋਲ ਮਸੂਮਾਂ ਦਾ ਹੱਟੀ ਬੈਜੂ ਪਾਪ ਜਾਲਮਾ ਇਹ ਮਜ਼ਲੂਮਾ। ਇਸ ਗੱਲ ਨੂੰ ਸੱਚ ਕਰਨ ਦੀ ਖਾਤਰ ਸ਼ਹਿਨਸ਼ਾਹ ਮਹਾਰਾਜ ਨੇ ਇਹ ਫਤਿਹ ਦੀ ਚਿੱਠੀ ਜ਼ਫਰਨਾਮ ਦੀਨਾ ਸਾਹਿਬ ਤੋਂ ਰਿਲੀਜ਼ ਕੀਤਾ। ਇਹਨੂੰ ਭਾਈ ਦਿਆਲ ਸਿੰਘ ਔਰ ਸਿੰਘ ਲੈ ਕੇ ਔਰੰਗਜ਼ੇਬ ਵੱਲ ਚੱਲੇ। ਇਹ ਔਰੰਗਜ਼ੇਬ ਦਿੱਲੀ ਤੋਂ ਔਰੰਗਾਬਾਦ ਗਿਆ ਹੋਇਆ ਸੀ, ਇਹਦਾ ਪਹਿਲਾ ਨਾਮ ਬਹਿਰਾਮਪੁਰ। ਜਦੋਂ ਔਰੰਗਜ਼ੇਬ ਦੀ ਮੌਤ ਹੋ ਗਈ ਇਹਦਾ ਨਾਮ ਔਰੰਗਾਬਾਦ ਵੱਜ ਗਿਆ, ਕਿਉਂਕਿ ਬਾਅਦ ਚ ਇਤਿਹਾਸਕਾਰਾਂ ਨੇ ਔਰੰਗਾਬਾਦ ਹੀ ਲਿਖਿਆ। ਇਹ ਦੱਖਣ ਦੇ ਵਿੱਚ ਬੜਾ ਉਲਝਿਆ ਸੀ, ਇਹਨੂੰ ਸ਼ਹਿਨਸ਼ਾਹ ਮਹਾਰਾਜ ਦੀ ਚਿੱਠੀ ਮਿਲ ਗਈ, ਇਹਨੇ ਪੜ੍ਹੀ, ਇਹ ਕੰਮ ਉੱਠਿਆ, ਇਹਨੇ ਗੜ ਚ ਪਾਇਆ ਪੱਲਾ, ਇਹਨੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ, ਸਤਿਗੁਰੂ ਮੈਂ ਦੁਨੀਆਂ ਤੇ ਇਕੱਲਾ ਆਇਆ, ਮੈਂ ਪਾਪਾਂ ਦੀ ਪੰਡ ਲੈ ਕੇ ਚੱਲਿਆ, ਮੈਂ ਆਪਣੇ ਆਪ ਨੂੰ ਸਮਝ ਨਹੀਂ ਸਕਿਆ ਮੈਂ ਕੀ ਹੈ, ਮੇਰੇ ਤੇ ਕਿਰਪਾ ਕਰੋ। ਮੈਂ ਜ਼ਿੰਦਗੀ ਦੇ ਤਾਣੇ ਬਾਣੇ ਦੇ ਵਿੱਚ ਬੜਾ ਕਸੂਤਾ ਉਲਝ ਗਿਆ, ਮੇਰੇ ਤੇ ਕਿਰਪਾ ਕਰਿਓ, ਮੈਨੂੰ ਜੇ ਤੁਸੀਂ ਇੱਥੇ ਆ ਕੇ ਦਰਸ਼ਨ ਦਿਓ ਮੈਂ ਤੁਹਾਡੇ ਦਰਸ਼ਨ ਕਰਕੇ ਮੇਰੀ ਕਲਿਆਣ ਹੋ ਜਾ। ਕੀ ਹੋਇਆ, ਇਹਨੇ ਸ਼ਹਿਨਸ਼ਾਹ ਮਹਾਰਾਜ ਨੂੰ ਚਿੱਠੀ ਲਿਖੀ, ਇੱਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨਾ ਸਾਹਿਬ ਤੋਂ ਚੱਲਦੇ ਹੋਏ ਭਦੌੜ ਗਏ, ਭਦੌੜ ਤੋਂ ਵਾਪਸ ਪੁਰਜਮਾਨਾ ਵਾਲਾ ਜਿੱਥੇ ਮੇਰਾ ਰਾਜਗੜ੍ਹ ਲੰਗਰ ਵਸਿਆ, ਇੱਥੋਂ ਸ਼ਹਿਨਸ਼ਾਹ ਜਲਾਲ, ਜਲਾਲ ਤੋਂ
ਅਗਲੇ ਪਾਸੇ ਮਲੂਕਾ, ਮਲੂਕੇ ਤੋਂ ਮੁੜ ਕੇ ਭਗਤਾ ਭਾਈ ਕਾ ਸਿੰਘੇ ਵਾਲਾ, ਸਿੰਘੇ ਵਾਲੇ ਤੋਂ ਅੱਗੇ ਬਾਂਦਰ ਪਿੰਡ ਪੈਂਦਾ, ਬਾਂਦਰਾਂ ਦੇ ਨਾਲ ਠੱਠੀ ਭਾਈ, ਠੱਠੀ ਭਾਈ ਤੋਂ ਸ਼ੰਸ਼ਾ, ਅਗਲੇ ਪਾਸੇ ਬਰਗਾੜੀ, ਬਰਗਾੜੀ ਦੇ ਨਾਲ ਪੈਂਦਾ ਬਹਿਬਲ, ਬਹਿਬਲ ਤੋਂ ਸਤਿਗੁਰੂ ਢਿਲਵਾਂ ਵਾਲੇ, ਢਿਲਵਾਂ ਵਾਲੇ ਤੋਂ ਸ਼ਹਿਨਸ਼ਾਹ ਉੱਠ ਕੇ ਗੁਰੂ ਕੀ ਢਾਬ, ਗੁਰੂ ਕੀ ਢਾਬ ਤੋਂ ਚੱਲ ਕੇ ਸ਼ਹਿਨਸ਼ਾਹ ਰਾਮੇ ਵਾਲੇ, ਰਾਮੇ ਵਾਲੇ ਦੇ ਨੇੜੇ ਖਦਰਾਣੇ ਦੀ ਢਾਬ ਤੇ ਆਖਰੀ ਜੰਗ ਗੁਰੂ ਸਾਹਿਬ ਨੇ ਵਜੀਦੇ ਦੇ ਨਾਲ ਲੜੀ। ਇੱਥੋਂ ਸ਼ਹਿਨਸ਼ਾਹ ਲੱਖੀ ਜੰਗਲ, ਲੱਖੀ ਜੰਗਲ ਤੋਂ ਚੱਲਦੇ ਹੋਏ ਮਹਿਮਿਆਂ ਸਰਦੀਆਂ ਦੇ ਵਿੱਚ ਦੀ ਸ਼ਹਿਨਸ਼ਾਹ, ਅਗਲੇ ਪਾਸੇ ਬਠਿੰਡੇ ਦੇ ਉਤਲੇ ਪਾਸੇ ਕਾਲ ਧਰਾਣੀ ਪਿੰਡ ਵੱਲ ਨੂੰ ਚੱਲੇ ਆ। ਇੱਕ ਸਿੱਖ ਨੇ ਬੇਨਤੀ ਕੀਤੀ, ਸ਼ਹਿਨਸ਼ਾਹ ਬਠਿੰਡੇ ਦੇ ਕਿਲੇ ਚ ਦਿਓ ਰਹਿੰਦਾ, ਇਹ ਦਿਓ ਬਠਿੰਡੇ ਨੂੰ ਵਸਣ ਨਹੀਂ ਦਿੰਦਾ, ਤੁਸੀਂ ਕਿਰਪਾ ਕਰੋ ਕਿਲੇ ਚ ਨਿਵਾਸ ਕਰੋ। ਸ਼ਹਿਨਸ਼ਾਹ ਮਹਾਰਾਜ ਨੇ ਬਠਿੰਡੇ ਦੇ ਕਿਲੇ ਚ ਨਿਵਾਸ ਕੀਤਾ, ਅੱਜ ਗੁਰੂ ਘਰ ਬਣਿਆ ਹੋਇਆ। ਇੱਥੋਂ ਸਤਿਗੁਰਾਂ ਨੇ ਦਿਓ ਦੀ ਕਲਿਆਣ ਕੀਤੀ। ਇਤਿਹਾਸ ਵਾਲੇ ਨੇ ਲਿਖਿਆ ਕਿ ਗੁਰੂ ਸਾਹਿਬ ਨੇ ਨਾਤਮਗੇਰ ਪਿੰਡਾਂ ਤੋਂ ਇੱਕ ਝੋਟਾ ਮੰਗਾਇਆ, ਇਹ ਝੋਟਾ ਮਾਰਿਆ ਕਰਦਾ ਸੀ, ਇਲਾਕੇ ਦੇ ਲੋਕ ਇਸ ਤੋਂ ਬੜਾ ਡਰਦੇ ਸੀ। ਇਹਨਾਂ ਨੇ ਬੇਨਤੀ ਕੀਤੀ, ਜੀ ਸਾਡੇ ਝੋਟਾ ਮਾਰਦਾ। ਸ਼ਹਿਨਸ਼ਾਹ ਮਹਾਰਾਜ ਨੇ ਦੋ ਸਿੰਘ ਭੇਜੇ, ਉਹ ਕਹਿਣ ਲੱਗੇ ਜੀ ਝੋਟਾ ਤੇ ਸਾਥੋਂ ਕਈਆਂ ਪਿੰਡਾਂ ਤੋਂ ਠੀਕ ਨਹੀਂ ਆਇਆ, ਤੇ ਤੁਸੀਂ ਦੋ ਸਿੰਘ ਭੇਜੇ। ਸ਼ਹਿਨਸ਼ਾਹ ਕਹਿੰਦੇ ਭਾਈ ਝੋਟਾ ਜਾ ਕੇ ਉਹਨੂੰ ਸੁਨੇਹਾ ਦਿਓ ਵੀ ਤੈਨੂੰ ਗੁਰੂ ਸਾਹਿਬ ਯਾਦ ਕਰਦੇ ਆ, ਆਪੇ ਤੁਰਿਓ। ਇਹ ਝੋਟਾ ਬਠਿੰਡੇ ਦੇ ਕਿਲੇ ਚ ਸਿੰਘਾਂ ਦੇ ਨਾਲ ਆ, ਜਦੋਂ ਦਿਓ ਨੂੰ ਕੱਢਣ ਲੱਗੇ, ਦਿਓ ਕਹਿੰਦਾ ਸਤਿਗੁਰੂ ਮੈਨੂੰ ਕੱਢੋ ਨਾ, ਮੈਂ ਬੜਾ ਪਿਆਸਾ ਹੈ, ਮੈਂ ਭੇਟਾ ਲੈ ਵੀ ਨਾ ਜਾਣਾ ਨੀ। ਸ਼ਹਿਨਸ਼ਾਹ ਮਹਾਰਾਜ ਨੇ ਝੋਟੇ ਦੀ ਭੇਟਾ ਦਿੱਤੀ ਹੈ ਬਠਿੰਡੇ ਦੇ ਕਿਲੇ ਚ, ਤੇ ਦਿਓ ਨੂੰ ਕਿਹਾ ਤੈਨੂੰ ਪਿਆਸਾ ਨਹੀਂ ਰਹਿਣ ਦਿੰਦੇ, ਮੇਰੇ ਸਿੰਘ ਆ ਰਹੇ, ਤੂੰ ਸਰਹੰਦ ਪਹੁੰਚ ਜਾ, ਜਦੋਂ ਸਰਹੰਦ ਪਹੁੰਚੇਗਾ ਉੱਥੇ ਤੇਰੀਆਂ ਖੂਨ ਦੀਆਂ ਪਿਆਸਾਂ ਬੁੱਝ ਜਾ। ਸ਼ਹਿਨਸ਼ਾਹ ਮਹਾਰਾਜ ਨੇ ਇਸੇ ਕਿਲੇ ਚ ਬਹਿ ਕੇ ਇੱਕ ਰਾਈਆਂ ਤੋਂ ਵਪਾਰੀਆਂ ਤੋਂ ਸੋਹਣੀ ਮੇਹੀਵਾਲ ਦਾ ਕਿੱਸਾ ਸੁਣੇ, ਇੱਥੇ ਇਤਿਹਾਸ ਲਿਖਿਆ ਹੋਇਆ। ਇੱਥੋਂ ਸ਼ਹਿਨਸ਼ਾਹ ਕਾਲ ਧਰਾਣੀ ਚਲੇ ਗਏ। ਵੈਸੇ ਬੇਨਤੀ ਮੈਂ ਕਰਾਂ, ਇਹ ਕਾਲ ਧਰਾਣੀ ਪਿੰਡ ਵਸਿਆ ਨਹੀਂ, ਇੱਕ ਬਰੂਟੇ ਥੱਲੇ ਸ਼ਹਿਨਸ਼ਾਹ ਮਹਾਰਾਜ ਬੈਠੇ। ਅੱਜ ਇੱਥੇ ਗੁਰੂ ਘਰ ਬਣੇ, ਇੱਥੇ ਵੀ ਨਿਹੰਗ ਸਿੰਘਾਂ ਬਾਬਿਆਂ ਦਾ ਕਬਜ਼ਾ। ਇਸ ਬਰੂਟੇ ਦੇ ਉੱਤੇ ਭਾਈ ਧਰਮ ਸਿੰਘ ਨੂੰ ਸ਼ਹਿਨਸ਼ਾਹ ਕਹਿੰਦੇ ਤੂੰ ਬਰੂਟੇ ਦੇ ਉੱਤੇ ਚੜ੍ਹ। ਕਿਉਂ ਸਤਿਗੁਰੂ? ਉੱਪਰ ਕਾਂ ਦਾ ਆਲਣ। ਸ਼ਹਿਨਸ਼ਾਹ ਕਹਿੰਦੇ ਕਾਂ ਦੇ ਬੱਚੇ ਆ, ਇੱਕ ਬੱਚਾ ਤੈਨੂੰ ਦੂਰੋਂ ਵੱਢਣ ਪਊਗਾ, ਉਸ ਬੱਚੇ ਦਾ ਕਲਿਆਣ ਕਰਦੀ, ਬਾਕੀਆਂ ਨੂੰ ਕੁਝ ਨਹੀਂ ਕਰ। ਜਦੋਂ ਭਾਈ ਧਰਮ ਸਿੰਘ ਇਸ ਬਰੂਟੇ ਦੇ ਉੱਤੇ ਚੜਿਆ, ਉੱਤੇ ਕਾਂ ਦਾ ਆਲਣਾ ਵੇਖਿਆ, ਵਿੱਚ ਬੱਚੇ ਵੇਖੇ, ਬਾਕੀ ਬੱਚੇ ਬੈਠੇ ਰਹੇ, ਇੱਕ ਬੱਚਾ ਭਾਈ ਧਰਮ ਸਿੰਘ ਨੂੰ ਵੱਢਣ ਆਇਆ, ਇਹਨੇ ਤਲਵਾਰ ਨਾਲ ਇਹਦਾ ਕਲਿਆਣ ਕਰ ਦਿੱਤਾ, ਇਹਨੂੰ ਥੱਲੇ ਚੁੱਕ ਲਿਆਂਦਾ, ਇਹਨੇ ਸ਼ਹਿਨਸ਼ਾਹ ਮਹਾਰਾਜ ਦੇ ਚਰਨਾਂ 'ਚ ਰੱਖਤਾ। ਸਿੰਘ ਗੁਰੂ ਨੂੰ ਪੁੱਛਣ ਲੱਗੇ ਆ, ਸਤਿਗੁਰੂ ਇਹ ਤੁਹਾਡਾ ਭਾਣਾ ਕੀ ਹੈ? ਸ਼ਹਿਨਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਕਾਂ ਦਾ ਬੱਚਾ ਨਹੀਂ,
ਇਹ ਕਿਤੇ ਗੁਰੂ ਘਰ ਦਾ ਲਾਂਗਰੀ ਸੀ। ਜਦੋਂ ਕਿਤੇ ਸਿੱਖਾਂ ਨੇ ਪ੍ਰਸ਼ਾਦੇ ਮੰਗਣੇ, ਇਹਨੇ ਭੱਜ ਭੱਜ ਪੈਣਾ, ਇਹਨੇ ਕਹਿਣਾ ਇਹ ਕਿਉਂ ਕਾਂ ਕਾਂ ਲਾਈ ਆ, ਰੋਟੀਆਂ ਮਿਲ ਜਾਣਗੀਆਂ, ਇਹਨੇ ਕਾਂ ਕਾਂ ਕਰੀ ਜਾਂਦੇ ਹੋ। ਗੁਰੂ ਦੇ ਸਿੰਘ ਕਹਿੰਦੇ ਇਹ ਸਿੱਖਾਂ ਲੰਗਰ ਤੇ ਗੁਰੂ ਦਾ ਕਾਂ ਕਾਂ ਕੇ ਤੂੰ ਕਰਦਾ ਤੇ ਤੂੰ ਹੀ ਕਾਂ ਬਣੇ ਨੇ। ਇਹਨੂੰ ਗੁਰੂ ਕੀ ਸੰਗਤ ਦਾ ਸਰਾਪ ਲੱਗ ਗਿਆ, ਇਹ ਕਾਂ ਦੀ ਚੂਨੀ ਪੈ ਗਿਆ, ਪਰ ਪੱਡਣ ਦੀ ਆਸ ਲੰਘ ਗਈ। ਇਹ ਸਿੱਖਾਂ ਨੂੰ ਫੇਰ ਵੀ ਵੜਦਾ ਰਹਿਣਾ, ਅੱਜ ਦਾ ਕਲਿਆਣ ਹੋ ਗਿਆ। ਇੱਥੇ ਜਿੱਥੇ ਕਾਂ ਦਾ ਕਲਿਆਣ ਕੀਤਾ, ਇੱਥੇ ਕਾਂ ਦੇ ਨਾਂ ਦੇ ਉੱਤੇ ਪਿੰਡ ਕਾਲ ਝਰਾਲੀ ਵਸਿਆ। ਇੱਥੋਂ ਸ਼ਹਿਨਸ਼ਾਹ ਮਹਾਰਾਜ ਬੰਗੀ, ਬੰਗੀ ਤੋਂ ਮਸਾਣਾ, ਮਸਾਣੇ ਤੋਂ ਪੱਕਾ, ਪੱਕੇ ਤੋਂ ਬਾਘਾ, ਬਾਘੇ ਤੋਂ ਗਿਆਨਾ, ਗਿਆਨੇ ਤੋਂ ਜੱਜਲ, ਜੱਜਲ ਤੋਂ ਸੰਗਤ, ਸੰਗਤ ਤੋਂ ਸ਼ਹਿਨਸ਼ਾਹ ਮਹਾਰਾਜ ਲਾਲੇ ਵਾਲੇ ਤੇ, ਲਾਲੇ ਵਾਲੇ ਤੋਂ ਫਿਰ ਉੱਪਰਲੇ ਪਾਸੇ ਸ਼ਹਿਨਸ਼ਾਹ ਸਤਿਗੁਰੂ ਤਲਵੰਡੀ ਸਾਬੋ ਪਹੁੰਚੇ। ਇੱਥੇ ਸ਼ਹਿਨਸ਼ਾਹ ਮਹਾਰਾਜ ਨੇ 9 ਮਹੀਨੇ ਦਾ ਸਮਾਂ ਗੁਜ਼ਾਰੇ। ਇੱਥੇ ਗੁਰੂ ਸਾਹਿਬਾਂ ਨੇ ਕਬਰ ਕੱਥਾ ਖੋਲੇ, ਇੱਥੇ ਗੁਰੂ ਸਾਹਿਬ ਦੀ ਭੀੜ ਗੁਰੂ ਗ੍ਰੰਥ ਮਹਾਰਾਜ ਦੇ ਵਿੱਚ ਕੱਕੇ ਮਹਾਰਾਜ ਜੈ ਜੈ ਬੰਤੀ ਰਾਗ ਸ਼ਹਿਨਸ਼ਾਹ ਮਹਾਰਾਜ ਨੇ ਪਾਇਆ। ਇੱਥੇ ਹੀ ਗੁਰੂ ਸਾਹਿਬ ਨੂੰ ਔਰੰਗਜ਼ੇਬ ਦਾ ਸੁਨੇਹਾ ਮਿਲਿਆ ਕਿ ਔਰੰਗਜ਼ੇਬ ਤੜਫ ਰਹੇ, ਇੱਥੋਂ ਤਲਵੰਡੀ ਸਾਬੋ ਤੋਂ ਸ਼ਹਿਨਸ਼ਾਹ ਅੱਗੇ ਨੂੰ ਚੱਲੇ ਹੈ, ਮੈਂ ਗੁਰੂ ਸਾਹਿਬ ਦੀ ਅੰਤਿਮ ਯਾਤਰਾ ਪੇਸ਼ ਕਰਨ ਲੱਗੇ। ਸਿਆਣੇ ਸੱਜਣ ਬੈਠੇ ਹੋ, ਸ਼ਾਇਦ ਮੈਥੋਂ ਬੋਲਦੇ ਤਾਂ ਕੋਈ ਤਰੁੱਟੀ ਰਹੇ, ਕਿਉਂਕਿ ਵਕੀਲ ਸਾਹਿਬ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਵੀ ਹੈ, ਨਗਰ ਦੇ ਸਰਪੰਚ ਸਾਹਿਬਾਨ ਹੈ, ਹੋਰ ਬੜੇ ਪਤਵੰਤੇ ਸੱਜਣ ਬੈਠੇ ਆ। ਕੋਈ ਤਰੁੱਟੀ ਰਹਿ ਗਈ, ਕੋਈ ਮੈਥੋਂ ਗਲਤ ਗੱਲ ਕਹੀ ਜਾਵੇ, ਮੈਂ ਪਹਿਲਾਂ ਹੀ ਮਾਫੀ ਚਾਹੁੰਦਾ, ਅਗਰ ਜੇ ਪਤਾ ਹੋਇਆ ਤੇ ਮੈਨੂੰ ਜ਼ਰੂਰ ਦੱਸਦਾ। ਇੱਥੇ ਮੈਂ ਗੱਲ ਕਰ ਰਿਹਾ ਸੀ ਸ਼ਹਿਨਸ਼ਾਹ ਮਹਾਰਾਜ ਸਤਿਗੁਰਾਂ ਦੀ ਤਲਵੰਡੀ ਸਾਬੋ ਤੋਂ ਚਾਲੇ ਪਾ ਦਿੱਤੇ, ਗੁਰੂ ਸਾਹਿਬਾਂ ਨੂੰ ਰਸਤੇ 'ਚ ਪਤਾ ਲੱਗਿਆ ਕਿ ਔਰੰਗਜ਼ੇਬ ਯਾਦ ਕਰਦਾ ਕਰਦਾ ਮਰ ਗਏ, ਇਹਦੇ ਪੁੱਤਰਾਂ 'ਚ ਤਲਵਾਰ ਚੱਲੀ, ਉਹ ਰਾਜਗੱਦੀ ਦੀ ਖਾਤਰ ਤਲਵਾਰ ਚੱਲੀ। ਵੈਸੇ ਜੇ ਇਤਿਹਾਸ ਪੜ੍ਹੀਏ, ਮੁਗਲਾਂ ਦੇ ਰਾਜ 2 ਨਦੀਆਂ ਚੱਲਦੀਆਂ ਰਹੀਆਂ, 2 ਨਦੀਆਂ ਖੂਨ ਦੀਆਂ ਇਹਨਾਂ ਦੇ ਰਾਜ ਸਦਾ ਹੀ ਚੱਲਦੀਆਂ ਰਹੀਆਂ, ਇੱਕ ਆਪਣਿਆਂ ਦੀ ਇੱਕ ਬੇਗਾਨੇ। ਔਰੰਗਜ਼ੇਬ ਆਪਣੇ ਸਾਰਿਆਂ ਨੂੰ ਮਾਰ ਕੇ ਗੱਦੀ ਤੇ ਬੈਠ, ਐਵੇਂ ਜਿਵੇਂ ਇਹਦੇ ਪੁੱਤਰਾਂ 'ਚ ਤਲਵਾਰ ਚੱਲ, ਇਹਦਾ ਗੱਦੀ ਦੇ ਉੱਤੇ ਪੁੱਤਰ ਬਹਾਦਰ ਸ਼ਾਹ। ਸ਼ਹਿਨਸ਼ਾਹ ਮਹਾਰਾਜ ਨੂੰ ਯਾਦ ਕਰਦਾ ਹੈ, ਇਹਨੂੰ ਗੁਰੂ ਸਾਹਿਬ ਦਰਸ਼ਨ ਦਿੰਦੇ ਹੋਏ ਇਹਨੇ ਸ਼ਹਿਨਸ਼ਾਹ ਦੇ ਨਾਲ ਅਗਲੇ ਪਾਸੇ ਨੂੰ ਦੱਖਣ ਵੱਲ ਨੂੰ ਚਾਲੇ ਪਾ ਦਿੱਤੇ। ਇਹਨੇ ਵਾਅਦਾ ਕੀਤਾ ਸ਼ਹਿਨਸ਼ਾਹ ਹੁਣ ਨੰਦੇੜ ਜਾ ਕੇ ਮਿਲਣ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਤੂ ਦੀ ਸਮਾਧ ਤੇ ਚਲੇ ਗਏ। ਇਸ ਦੁਆਰੇ ਦਾ ਮਹਾਨ ਜੈਤ ਰਾਮ ਇਹ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗੇ। ਸ਼ਹਿਨਸ਼ਾਹ ਬੜੀ ਦੇਰ ਹੋ ਗਈ ਤੁਹਾਨੂੰ ਅਡੀਕਦਿਆਂ ਨੂੰ,
ਕਿਰਪਾ ਕੀਤੀ ਹੈ, ਅੰਤ ਵੇਲੇ ਤੁਹਾਡੇ ਦਰਸ਼ਨ ਹੋਏ ਹੈ। ਜੇ ਕਿਰਪਾ ਕਰੋ ਕੁਝ ਦਿਨ ਮੇਰੇ ਕੋਲੇ ਰਹਿ ਜਾਵੋ, ਮੈਂ ਤੁਹਾਡੀ ਸੇਵਾ ਕਰਨਾ। ਸ਼ਹਿਨਸ਼ਾਹ ਮਹਾਰਾਜ ਕਹਿੰਦੇ ਜੈਤ ਰਾਮ ਜੀ, ਇਹ ਤੇ ਮੇਰੇ ਖਸਮ ਦਾ ਹੁਕਮ ਹੈ, ਜਿਹਨੇ ਹੇਮਕੁੰਟ ਪਰਬਤ ਤੇ ਤਪੱਸਿਆ ਕਰਦੇ ਨੂੰ ਪੁੱਤ ਬਣਾ ਕੇ ਦੁਨੀਆਂ ਤੇ ਭੇਜਿਆ ਸੀ ਨਾ, ਜਿਹਨੇ ਕਿਹਾ ਸੀ ਮੈਂ ਆਪਣਾ ਸੁੱਖ ਤੋਹੇ ਨਵਾਦਾ ਪੰਥ ਪ੍ਰਚਾਰ ਕਰਵੇ ਉਹ ਸਾਚਾ, ਜਿਹਨੇ ਪੁੱਤ ਬਣਾ ਕੇ ਦੁਨੀਆਂ ਤੇ ਭੇਜੇ। ਜੈਤ ਰਾਮ ਜੀ, ਜਦੋਂ ਖਸਮ ਦਾ ਹੁਕਮ ਆ ਜਾਂਦਾ ਠਹਿਰ ਜਾਂਦੇ ਹੈ, ਜਦੋਂ ਖਸਮ ਦਾ ਹੁਕਮ ਆ ਜਾਂਦਾ ਤੁਰ ਪੈਂਦੇ ਹੈ ਆਪਣੀ ਮਰਜ਼ੀ ਦੇ ਨਾਲ। ਇਹ ਗੋਬਿੰਦ ਸਿੰਘ ਕਦਮ ਨਹੀਂ ਪੁੱਟ ਸਕਦਾ, ਇਹ ਤੇ ਉਹ ਖਸਮ ਦਾ ਹੁਕਮ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਵੀ ਗਿਆਨ ਵੇ ਲਾਲੋ। ਇਹ ਖਸਮ ਦਾ ਹੁਕਮ ਹੈ, ਹਾਲੀ ਹੁਕਮ ਠਹਿਰ ਹੁੰਦਾ, ਜਦੋਂ ਹੁਕਮ ਆਇਆ ਚਲੇ ਜਾਵਾ। ਜਦੋਂ ਠਹਿਰਨ ਦੀ ਗੱਲ ਸੁਣੀ ਜੈਤ ਰਾਮ ਨੂੰ ਲਾਲੀਆਂ ਚੜ੍ਹਕੀ, ਇਹਨੇ ਗੁਰੂ ਘਰ ਦੀ ਸੇਵਾ ਕੀਤੀ ਹੈ। 8 ਸਤੰਬਰ 1708 ਵਾਲਾ ਦਿਨ ਆ ਗਿਆ, ਸੁਬਾਹ ਦੇ ਦੀਵਾਰ ਸਜੇ ਹੈ। ਜੈਤ ਰਾਮ ਗੁਰੂ ਸਾਹਿਬ ਦੇ ਸਾਹਮਣੇ ਖਲੋਤਾ ਹੈ, ਇਹਦੀਆਂ ਅੱਖਾਂ ਚ ਪਾਣੀ ਹੈ, ਇਹਦੇ ਗਲ ਚ ਪੱਲਾ ਪਾਇਆ, ਇਹ ਗੁਰੂ ਸਾਹਿਬ ਦੇ ਸਾਹਮਣੇ ਖਲੋਤਾ ਹੈ। ਸ਼ਹਿਨਸ਼ਾਹ ਮਹਾਰਾਜ ਦਾ ਧਿਆਨ ਜੈਤ ਰਾਮ ਤੇ ਗਿਆ। ਜੈਤ ਰਾਮ, ਕੀ ਗੱਲ? ਅੱਖਾਂ ਚ ਪਾਣੀ, ਗਲ ਚ ਪੱਲਾ, ਤੇਰੇ ਗਲ ਚ ਵੀ ਪਾਣੀ ਬੋਲਦਾ, ਕਿਤੇ ਸਿੰਘਾਂ ਦੀ ਸੇਵਾ ਕਰਦਾ ਕਰਦਾ ਥੱਕ ਤਾਂ ਨਹੀਂ ਗਿਆ? ਜੈਤ ਰਾਮ, ਕਿਤੇ ਕੋਈ ਘਰੇਲੂ ਦੁੱਖ ਤਾਂ ਨਹੀਂ, ਕੋਈ ਸਰੀਰਕ ਦੁੱਖ ਤਾਂ ਨਹੀਂ, ਕਿਸੇ ਨੇ ਝਿੜਕ ਤਾਂ ਨਹੀਂ ਦਿੱਤਾ, ਕਿਸੇ ਖਾਲਸੇ ਨੇ ਲਲਕਾਰਾ ਮਾਰਤਾ ਹੋਵੇ? ਇਹਨੇ ਗਲ ਚ ਪਾਇਆ ਪੱਲਾ ਸ਼ਹਿਨਸ਼ਾਹ, ਸਰੀਰਕ ਦੁੱਖ, ਜਦੋਂ ਮੈਂ ਤੁਹਾਡੇ ਦਰਸ਼ਨ ਕਰ ਲਏ ਦੁੱਖਾਂ ਤੇ ਰੋਗਾਂ ਕਲੇਸ਼ਾਂ ਦਾ ਨਾਸ ਹੋ। ਸ਼ਹਿਨਸ਼ਾਹ ਮਹਾਰਾਜ, ਤੁਹਾਡੀ ਸੇਵਾ ਕਰਕੇ ਕੋਈ ਥੱਕ ਸਕਦਾ? ਘਰੇਲੂ ਦੁੱਖ ਕੋਈ ਵੀ, ਪਰ ਸਤਿਗੁਰੂ ਇੱਕ ਗੱਲ ਦਾ ਦੁੱਖ ਜ਼ਰੂਰ ਹੈ ਕਿ ਤੁਹਾਡੇ ਸਿੰਘ ਕਹਿੰਦੇ ਸੁਣੇ ਹੈ ਤੁਸੀਂ ਅੱਜ ਚਲੇ ਜਾਣਾ। ਸ਼ਹਿਨਸ਼ਾਹ ਕਹਿਣ ਲੱਗੇ ਜੈਤ ਰਾਮ ਜੀ, ਅਸੀਂ ਤੇ ਪਹਿਲਾਂ ਵੀ ਕਿਹਾ ਸੀ ਕਿ ਆਪਣੀ ਮਰਜ਼ੀ ਨਾਲ ਨਾ ਤਾਂ ਠਹਿਰ ਸਕਦੇ ਹੈ ਨਾ ਜਾ ਸਕਦੇ। ਉਹਦੇ ਭਾਣੇ ਅੰਦਰ ਇਸ ਜਹਾਨ ਤੇ ਪ੍ਰਕਾਸ਼ ਹੋਇਆ, ਉਹਦੇ ਭਾਣੇ ਅੰਦਰ ਪਿਤਾ ਦੀ ਕੁਰਬਾਨੀ ਦਿੱਤੀ ਹੈ, ਉਹਦੇ ਭਾਣੇ ਅੰਦਰ ਅਨੰਦਪੁਰੀ ਛੱਡੀ ਹੈ, ਉਸ ਦੇ ਭਾਣੇ ਅੰਦਰ ਚਾਰੇ ਪੁੱਤਰ ਵਾਰ ਦਿੱਤੇ ਹੈ, ਉਸ ਦੇ ਭਾਣੇ ਅੰਦਰ ਮਾਂ ਕੁਰਬਾਨ ਕਰ ਦਿੱਤੀ ਹੈ, ਉਸੇ ਦਾ ਭਾਣਾ ਹੈ, ਉਹਦਾ ਹੁਕਮ ਹੈ। ਮੈਂ ਪੂਤਲੀ ਹੈ, ਉਹਦੇ ਹੱਥਾਂ 'ਚ ਡੋਰਾ ਹੈ, ਜਦੋਂ ਖਿੱਚ ਲੈਂਦਾ ਹੈ ਉਦੋਂ ਜਾਣਾ ਪੈਂਦਾ। ਜੈਤ ਰਾਮ ਜੀ, ਆਪਣੇ ਬਸ ਦਾ ਰੋਗ ਨਹੀਂ, ਖਸਮ ਦਾ ਹੁਕਮ ਆ ਗਿਆ, ਅੱਗੇ ਜਾਣ ਦਾ ਇਹ ਤੇ ਜਾਣਾ ਹੀ ਪੈਣਾ। ਜੈਤ ਰਾਮ ਕਹਿੰਦਾ ਸ਼ਹਿਨਸ਼ਾਹ ਤੁਸੀਂ ਚਲੇ ਜਾਣਾ? ਸਤਿਗੁਰੂ ਕਹਿੰਦੇ ਬਿਲਕੁਲ। ਸ਼ਹਿਨਸ਼ਾਹ ਮੈਨੂੰ ਦਰਸ਼ਨ ਕਦੋਂ ਹੋਣਗੇ? ਗੁਰੂ ਸਾਹਿਬ ਕਹਿੰਦੇ ਜਦੋਂ ਵੀ ਤੂੰ ਸੱਚੇ ਮਨ ਦੇ ਨਾਲ ਯਾਦ ਕਰਿਆ ਕਰੇਗਾ, ਅਰਦਾਸ ਕਰਿਆ ਕਰੇਗਾ, ਤੈਨੂੰ ਦਰਸ਼ਨ ਹੋ ਜਾਏਗਾ। ਸਤਿਗੁਰੂ ਫਿਰ ਕਦੋਂ ਆਉਂਗੇ? ਸਤਿਗੁਰੂ ਕਹਿੰਦੇ ਨਹੀਂ, ਇਹ ਗੱਲ ਦਾ ਵਾਅਦਾ ਨਹੀਂ ਕਰਦੇ। ਇਹ ਤਾਂ ਵਾਅਦਾ ਅਸੀਂ ਨੰਦਾਂ ਦੀ ਪੁਰੀ ਨਾਲ ਵੀ ਨਹੀਂ ਕੀਤਾ। ਜੈਤ ਰਾਮ ਜੀ,
ਨਦੀਆਂ ਦੇ ਪਾਣੀ ਲੰਘ ਜਾਂਦੇ ਆ, ਵਾਪਸ ਨਹੀਂ ਮੁੜਦੇ, ਵਾਪਸ ਆਉਣ ਦੀ ਕੋਈ ਗੱਲ ਨਹੀਂ। ਸ਼ਹਿਨਸ਼ਾਹ ਫਿਰ ਤੁਹਾਡਾ ਵਿਚਾਰ ਕੀ ਹੈ, ਅੱਗੇ ਕੰਮ ਵੀ ਕੀ ਹੈ, ਜਾਣਾ ਕਿੱਥੇ? ਸ਼ਹਿਨਸ਼ਾਹ ਕਹਿੰਦੇ ਜੈਤ ਰਾਮ ਜੀ, ਬਹਾਦਰ ਸ਼ਾਹ ਦੇ ਨਾਲ ਇਕਰਾਰ ਹੋਇਆ ਅਸੀਂ ਨੰਦੇੜ ਪਹੁੰਚਣਾ। ਜਦੋਂ ਨੰਦੇੜ ਦਾ ਨਾਂ ਲਿਆ, ਜੈਤ ਰਾਮ ਕੰਬ ਉੱਠੇ, ਨਹੀਂ ਸਤਿਗੁਰੂ ਨੰਦੇੜ ਨਹੀਂ ਜਾਣਾ, ਜਿਹੜੇ ਪਾਸੇ ਮਰਜ਼ੀ ਚਲੇ ਜਾਓ ਪਰ ਨੰਦੇੜ ਨਹੀਂ ਜਾਣਾ। ਜੈਤ ਰਾਮ ਕੀ ਗੱਲ? ਸਤਿਗੁਰੂ ਮੈਨੂੰ ਨੰਦੇੜ ਦੇ ਨਾਂ ਤੋਂ ਡਰ ਲੱਗਦਾ। ਕੀ ਗੱਲ? ਸ਼ਹਿਨਸ਼ਾਹ ਜਦੋਂ ਤੁਸੀਂ ਗੋਦਾਵਰੀ ਨਦੀ ਪਾਰ ਕਰੋਗੇ, ਇਸ ਨਦੀ ਦੇ ਅਗਲੇ ਪਾਸੇ ਇੱਕ ਕੁਟੀ ਹੈ, ਕੁਟੀਆ ਦੇ ਵਿੱਚ ਇੱਕ ਸੰਤ ਰਹਿੰਦਾ। ਇਹ ਸੰਤ ਕਰਨੀ ਦਾ ਪੂਰਾ, ਇਹਦੀਆਂ ਸਿੱਧੀਆਂ ਦਾ ਮਾਲਕ ਹੈ, ਪਰ ਸ਼ਹਿਨਸ਼ਾਹ ਇਹ ਸੰਤ ਹੰਕਾਰੀ ਵੀ ਬਹੁਤ। ਗੁਰੂ ਸਾਹਿਬ ਕਹਿੰਦੇ ਜੈਤ ਰਾਮ ਜੀ, ਸੰਤ ਤੇ ਹੰਕਾਰ, ਸੰਤ ਕਹਿੰਦੇ ਆ ਸੁਧਰੇ ਵੇ ਬੰਦੇ ਨੂੰ ਜਿਹਨੇ ਆਪਣਾ ਆਪ ਸੋਧ ਲਿਆ। ਸੰਤ ਪਵਿੱਤਰ ਸ਼ਬਦ ਹੈ, ਸੰਤ ਤੇ ਹੰਕਾਰ ਇਕੱਠੇ ਰਹਿ ਨਹੀਂ ਸਕਦੇ। ਸੰਤ ਤੇ ਹੰਕਾਰ, ਮੈਂ ਥੋੜੇ ਦਿਨ ਹੋਏ ਇੱਕ ਦੁਆਬੇ ਦਾ ਪਿੰਡ ਹੈ ਕਲਿਆਣਾ, ਕਲਿਆਣਾ ਜੱਟਾ, ਉੱਥੇ ਦੀਵਾਨ ਦੇਣ ਵਾਸਤੇ ਗਿਆ। ਉੱਥੇ ਸਾਡੇ ਇਲਾਕੇ ਚ ਇੱਕ ਬਾਬੇ ਨੇ ਜਾਣਾ ਸੀ, ਉਹਨਾਂ ਨੇ ਸਾਡਾ ਦੀਵਾਨ ਵੀ ਲੇਟ ਕਰਤਾ। ਲਓ ਜੀ ਬਾਬੇ ਦਾ ਫੋਨ ਆਇਆ ਵੀ ਉਹ ਲੇਟ ਪਹੁੰਚੂ। ਅਸੀਂ ਕਿਹਾ ਜੀ ਇਹਦਾ ਸਾਡਾ ਟਾਈਮ ਲਿਖਿਆ ਐਗਰੀਮੈਂਟ ਤੇ, ਅਸੀਂ ਆਪਣਾ ਟਾਈਮ ਲਾਉਣਾ ਤੇ ਤੁਹਾਡੇ ਬਾਬੇ ਦਾ ਕੀ ਪਤਾ ਨਾ ਹੀ ਆਵੇ। ਨਹੀਂ ਜੀ, ਅਸੀਂ ਸਾਰਾ ਪਿੰਡ ਜਾ ਕੇ ਆਏ ਹਾਂ, ਅਸੀਂ ਤਾਂ 4-5 ਵਾਰੀ ਜਾ ਕੇ ਆਏ ਹਾਂ, ਸਾਨੂੰ ਮਸਾਂ ਟਾਈਮ ਮਿਲੇਗਾ, ਬਾਬਾ ਤਾਂ ਜ਼ਰੂਰ ਆਊਗਾ। ਚਲੋ ਅਸੀਂ ਘੰਟਾ ਲੇਟ ਕਰ ਦਿੱਤਾ, 2 ਘੰਟੇ ਲਾਉਣੇ ਸੀ, ਅਸੀਂ 3.5 ਘੰਟੇ ਲਾਏ, ਬਾਬਾ ਨਹੀਂ ਆਇਆ। ਮੈਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਮੈਂ ਫੋਨ ਕਰਕੇ ਪੁੱਛ ਲਓ, ਉਹਨਾਂ ਨੇ ਫੋਨ ਕੀਤਾ, ਉਹ ਕਹਿੰਦੇ ਜੀ ਬਾਬਾ ਜੀ ਆ ਨਹੀਂ ਸਕਦੇ। ਇਹ ਕਹਿੰਦੇ ਭਾਈ ਕਿਉਂ ਨਹੀਂ ਆ ਸਕਦੇ? ਬਾਬਾ ਜੀ ਦਾ ਮੂਡ ਨਹੀਂ ਠੀਕ। ਉਹ ਕਹਿੰਦੇ ਇੱਥੇ ਹਜ਼ਾਰਾਂ ਸੰਗਤਾਂ ਉਡੀਕ ਰਹੀਆਂ, ਅਲਬੇਲੇ ਦਾ ਜੱਥਾ ਇਤਿਹਾਸ ਕਹੀ ਜਾਂਦਾ, ਕਿੰਨਾ ਵਿਚਰ ਹੋ ਗਏ। ਕਹਿੰਦੇ ਜੀ ਉਹਨਾਂ 3 ਘੰਟੇ ਲਾ ਹਟੇ, ਚੱਲ ਚੱਲ ਕਹਿੰਦਾ 2 ਘੰਟੇ ਉਹਨੇ ਲਾਉਣੇ ਸੀ, ਘੰਟਾ ਮੈਂ ਲਾਉਣਾ ਸੀ, ਉਹਦੇ ਨਾਲ ਹੀ ਸਾਰ ਲਓ। 3 ਘੰਟੇ ਲਾ ਹੀ ਦਿੱਤੇ। ਸੋ ਗੱਲ ਮੈਂ ਕਰ ਰਹੀ ਹੈ, ਸੰਤ ਤੇ ਹੰਕਾਰ 2 ਇਕੱਠੇ ਨਹੀਂ ਰਹਿ ਸਕਦੇ। ਇਹ ਕਹਿੰਦਾ ਸ਼ਹਿਨਸ਼ਾਹ ਇਹ ਤਾਂ ਸੰਤ ਵੀ ਹੈ, ਇਹਦੇ ਘਾਟ ਤੋਂ ਸ਼ੇਰ ਤੇ ਬੱਕਰਾ ਇਕੱਠੇ ਪਾਣੀ ਪੀਂਦੇ, ਇਹਦਾ ਇੰਨਾ ਤਹਿਤ, ਇਹ ਦੁੱਧ ਮੰਗਣ ਵਾਲੇ ਨੂੰ ਦੁੱਧ ਵੀ ਦਿੰਦਾ, ਪੁੱਤ ਮੰਗਣ ਵਾਲੇ ਨੂੰ ਪੁੱਤ ਵੀ ਦਿੰਦਾ। ਪਰ ਹੰਕਾਰੀ, ਹੰਕਾਰੀ ਇਹ ਉਹ ਹੈ, ਇਹ ਸਾਧੂਆਂ ਸੰਤਾਂ ਦੀ ਸੇਵਾ ਬਹੁਤ ਕਰਦਾ, ਆਮ ਲੋਕਾਂ ਨੂੰ ਕੁਝ ਨਹੀਂ ਕਹਿੰਦਾ। ਜਦੋਂ ਕੋਈ ਸੰਤ ਮਿਲ ਜਾਂਦਾ ਉਹਨੂੰ ਡੇਰੇ 'ਚ ਲੈ ਜਾਂਦਾ, ਉਹਨੂੰ ਖੀਰ ਪ੍ਰਸ਼ਾਦ ਛਕਾ ਕੇ ਨਿਹਾਲ ਕਰਕੇ, ਇਹਨੇ ਇੱਕ ਪਲੰਗ ਵਿਛਾਇਆ, ਇਹ ਪਲੰਗ ਤੇ ਸੰਤ ਨੂੰ ਬਹਾ ਦਿੰਦਾ, ਫਿਰ ਆਪਣੀ ਸ਼ਕਤੀ ਦੇ ਨਾਲ ਪਲੰਗ ਮੋਢਾ ਮਾਰ ਦਿੰਦਾ ਮੰਜਾ ਉੱਤੇ, ਸਾਧ ਥੱਲੇ, ਜਦੋਂ ਸਾਧ ਡਿੱਗ ਪੈਂਦਾ ਤਾੜੀ ਮਾਰ ਕੇ ਹੱਸ ਪੈਂਦਾ। ਇਹਦਾ ਸ਼ੁਗਲ ਬਣਾਇਆ।
ਗੁਰੂ ਸਾਹਿਬ ਕਹਿੰਦੇ ਜੈਤ ਰਾਮ ਤੈਨੂੰ ਕਿਵੇਂ ਪਤਾ ਲੱਗੇਗਾ? ਕਹਿੰਦਾ ਜੀ ਮਹੀਨਾ ਕੁ ਹੋਇਆ ਹੈ, ਮੈਂ ਵੀ ਚਲਾ ਗਿਆ, ਮੈਨੂੰ ਵੀ ਡੇਰੇ ਲੈ ਗਿਆ, ਇਹਨੇ ਮੈਨੂੰ ਖੀਰ ਪ੍ਰਸ਼ਾਦ ਬੜੇ ਰਸਕ ਆਏ, ਮੈਂ ਬੜਾ ਖੁਸ਼ ਹੋਇਆ, ਮੈਨੂੰ ਵੀ ਪੜ੍ਹ ਤੇ ਬਹਾਤਾ। ਕਹਿੰਦਾ ਮੈਂ ਸੋਚਿਆ ਤੇ ਕਿਤੇ ਮੈਨੂੰ ਗੁਰੂ ਧਾਰਨ ਲੱਗਿਆ ਉੱਚੇ ਪਲੰਗ ਤੇ ਬਹਾ ਕੇ, ਜਦੋਂ ਤਾੜ ਦੇਣੇ ਮੰਜਾ ਮੁੱਧਾ ਮਾਰਤਾ। ਕਹਿੰਦਾ ਮੇਰੀ ਤਾਂ ਪੱਗ ਵੀ ਉੱਥੇ ਰਹਿ ਗਈ, ਮੈਂ ਤਾਂ ਭੱਜ ਆਇਆ। ਤੇ ਸਤਿਗੁਰੂ ਮੈਨੂੰ ਉਹ ਡਰ ਲੱਗਦਾ, ਤੁਸੀਂ ਇਹਦੇ ਡੇਰੇ 'ਚ ਨਾ ਜਾਇਓ, ਇਹਦੀਆਂ ਅੱਖਾਂ ਤੇ ਸੰਸ ਬੜੇ ਦੀ ਧੁੰਦਲੀ ਐਨਕ ਲੱਗੀ ਹੈ, ਇਹਨੇ ਤੁਹਾਨੂੰ ਪਹਿਚਾਨਣਾ ਨਹੀਂ, ਇਹਨੇ ਤੁਹਾਡੇ ਤੇ ਵੀ ਜ਼ੁਲਮ ਕਰਨਾ। ਤੁਹਾਡੇ ਸਿੰਘਾਂ ਨੂੰ ਜੇ ਪਤਾ ਲੱਗ ਗਿਆ ਉਹਨਾਂ ਨੇ ਮਾਰ ਕੇ ਤਲਵਾਰ ਸਾਧ ਵੱਢ ਦੇਣਾ, ਗੱਲ ਫੇਰ ਵੀ ਨੀ ਚੰਗੀ ਹੋਣੀ। ਸਤਿਗੁਰੂ ਕਿਰਪਾ ਕਰੋ, ਨਾ ਚੋਰ ਲੱਗੇ ਨਾ ਕੁੱਤੀ ਭੌਂਕੇ, ਕਹਿੰਦੇ ਡੇਰੇ 'ਚ ਜਾਇਓ ਨਾ। ਸ਼ਹਿਨਸ਼ਾਹ ਮਹਾਰਾਜ ਨੇ ਜੈਤ ਰਾਮ ਨੂੰ ਕੋਲੇ ਬੁਲਾਇਆ, ਇਹਨੂੰ ਛਾਤੀ ਨਾਲ ਲਾਇਆ। ਸਤਿਗੁਰੂ ਕਹਿੰਦੇ ਜੈਤ ਰਾਮ ਜੀ, ਆ ਜਿਹੜੇ ਸੰਤ ਤੋਂ ਡਰਦਾ ਤੂੰ ਕੰਬੀ ਜਾਂਦਾ, ਅਸੀਂ ਤਾਂ ਪੰਜਾਬ ਚੋਂ ਭਾਲਦੇ ਹੀ ਇਸੇ ਨੂੰ ਫਿਰਦੇ, ਅਸੀਂ ਤਾਂ ਰਸਤੇ ਵਿਗੜਿਆ ਨੂੰ ਪਾਉਂਦੇ ਹਾਂ, ਅਸੀਂ ਤੇ ਸਿੱਧੇ ਰਸਤੇ ਪਾਉਣਾ ਹੀ ਇਸੇ ਨੂੰ ਹੈ। ਗਿਆ ਸਿੰਘਾਂ ਧਰਮ ਸਿੰਘਾਂ ਘੋੜਿਆਂ ਤੇ ਕਾਠੀਆਂ ਪਾ ਦਿਓ, ਤਿਆਰੀਆਂ ਗਜਾ ਦਿਓ। ਐਸੇ ਟਾਈਮ ਇੱਕ ਰਾਜਪੂਤਾਂ ਦਾ ਮੁੰਡਾ ਪੁੱਠੇ ਰਸਤੇ ਪੈ ਗਿਆ, ਉਹਨੂੰ ਸਿੱਧੇ ਰਸਤੇ ਪਾਉਣਾ। ਸ਼ਹਿਨਸ਼ਾਹ ਮਹਾਰਾਜ ਆਹ ਗੱਲ ਕਹਿ ਰਹੇ ਨੇ। ਨਵੀਆਂ ਦੇ ਨਿੱਤ ਘਟਦਾ ਮਹੰਤੀਆਂ ਚਾਰੂ ਤੇਰੇ ਵਾਲਾ।
ਜ਼ਿੰਦਗੀ ਦਾ ਪਿਆਰ ਕਰਿਆ ਬੰਦਾ ਹੀ ਬਣਾਉਣਾ ਹੈ ਮੇਰਾ ਕਿਸਾਨ ਨੂੰ ਬੰਦਾ ਹੀ ਬਣਾਉਣਾ ਹੈ ਮੇਰਾ ਕਿਸਾਨ ਨੂੰ ਤੁਮ ਕੇ ਜਗਾਉਣਾ ਹੈ ਮੇਰਾ ਕਿਸਾਨ ਨੂੰ ਚੱਲੋ ਤੁਮ ਕੇ ਜਗਾਉਣਾ ਹੈ ਮੇਰਾ ਕਿਸਾਨ ਨੂੰ ਉਸ ਦੇ ਬਗੀਚੇ ਵਿੱਚ ਘੋੜ ਮਾਰ ਕੇ ਫੁੱਲ ਬੂਟੇ ਸਾਰੇ ਰੱਖ ਦੋ ਮਾਰ ਕੇ ਉਸ ਦੇ ਬਗੀਚੇ ਵਿੱਚ ਘੋੜ ਮਾਰ ਕੇ ਫੁੱਲ ਬੂਟੇ ਸਾਰੇ ਰੱਖ ਦੋ ਮਾਰ ਕੇ ਜਲਵਾ ਦਿਖਾਉਣਾ ਹੈ ਮੇਰਾ ਕਿਸਾਨ ਨੂੰ ਜਲਵਾ ਦਿਖਾਉਣਾ ਹੈ ਮੇਰਾ ਕਿਸਾਨ ਨੂੰ ਤੁਮ ਕੇ ਜਗਾਉਣਾ ਹੈ ਮੇਰਾ ਕਿਸਾਨ ਨੂੰ ਚੱਲੋ ਤੁਮ ਕੇ ਜਗਾਉਣਾ ਹੈ ਮੇਰਾ ਕਿਸਾਨ ਨੂੰ ਚੱਲ ਕੇ ਹਟਾਉਣਾ ਹੈ ਵੈਰਾਗੀ ਸਾਧ ਨੂੰ ਤੁਮ ਕੇ ਜਗਾਉਣਾ ਹੈ ਵੈਰਾਗੀ ਸਾਧ ਨੂੰ ਚੱਲੋ ਤੁਮ ਕੇ ਜਗਾਉਣਾ ਹੈ ਵੈਰਾਗੀ ਸਾਧ ਨੂੰ ਚੁੱਪ ਜਾਵੇ ਨਾ ਤੂਫਾਨ ਵਿੱਚ ਰੜ ਕੇ ਚੁੱਪ ਜਾਵੇ ਨਾ ਤੂਫਾਨ ਵਿੱਚ ਰੜ ਕੇ ਮਾਲਾ ਵਾਲੇ ਹੱਥਾਂ ਵਿੱਚ ਫੇਰ ਮੁੜ ਕੇ ਮਾਲਾ ਵਾਲੇ ਹੱਥਾਂ ਵਿੱਚ ਫੇਰ ਮੁੜ ਕੇ ਪਹਿਲਾਂ ਬੜਾ ਸਤਿਕਾਰ ਬਖਸ਼ਿਆ ਗਿਆ, ਫਿਰ ਸਤਿਕਾਰ ਬਖਸ਼ ਲਿਆ, ਧੰਨਵਾਦ ਕਰਨਾ। ਨੌਕਰ ਦੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜੋ ਮੌਕੇ ਤੇ ਸੇਵਾਦਾਰ ਹੈ ਸਰਦਾਰ ਸੁਖਿੰਦਰ ਸਿੰਘ ਜੀ ਸਰਪੰਚ ਸਾਹਿਬ, ਉਹਨਾਂ ਨੂੰ ਬਹੁਤ ਸਾਰਾ ਮਾਣ ਭੇਜਿਆ ਗਿਆ। ਸਰਦਾਰ ਗੋਬਿੰਦ ਸਿੰਘ ਜੀ ਬਲਾਸਤਰੀ ਸਾਹਿਬ, ਸਰ ਬੂਟਾ ਸਿੰਘ ਨੂੰ ਸਪੈਸ਼ਲ ਤੌਰ ਤੇ ਮਾਣ ਭੇਜਦੇ ਆ, ਬਹੁਤ ਧੰਨਵਾਦ ਕਰਦਾ। ਸਾਰੀ ਦੁਨੀਆਂ ਦੇ ਵਿੱਚ
ਸਭ ਤੋਂ ਫਸਟ ਸਰੰਗੀ ਵਜਾਰੇ ਅੱਜ ਗੁਪਤਾ ਸਿੰਘ ਬਲਾਵਤਰੀ ਨੂੰ ਗੋਲਡ ਮੈਡਲ ਮਿਲਿਆ। ਕਈ ਵਾਰੀ ਬਗਾਨਾਂ ਦੀ ਧਰਤੀ ਦੇ ਉੱਤੇ ਸਨਮਾਨ ਹੋਇਆ। ਦੁਨੀਆਂ ਦੇ ਤਕਰੀਬਨ 22-23 ਮੁਲਕਾਂ ਦੇ ਵਿੱਚ ਇਹ ਸੰਗੀ ਮਨਾਏ ਜਾਂਦੇ। ਮੈਂ ਧੰਨਵਾਦ ਕਰਦਾ ਅੱਗੂ ਸਾਹਿਬਾਨਾਂ ਦਾ ਨਗਰ ਚੈਰਮਾਨ ਬਖਸ਼। ਇੱਧਰ ਮੈਂ ਗੱਲ ਕਰ ਰਿਹਾ ਸੀ ਧਿਆਨ ਦਿਓ, ਤੁਮ ਕੇ ਜਿਤਾਉਣਾ ਹੈ ਵਿਰਾਗੀ ਸਾਧਨ। ਥੋੜੇ ਜਿਹੇ ਪ੍ਰਚਾਰ ਵਿਰਾਗੀ ਸਾਡੇ ਜੀਵਨ ਦੀ ਗੱਲ ਹੈ। ਮੈਂ ਇਤਿਹਾਸ ਤਾਂ ਕਹਿਣ ਲੱਗਿਆ, ਇਹ ਇਤਿਹਾਸ ਟਾਈਮ ਮੰਗਦਾ ਹੈ, ਟਾਈਮ ਘੱਟ ਹੈ। ਪਰ ਜਦੋਂ ਤੁਸੀਂ ਸੁਣਦੇ ਹੋ ਨਾ, ਟਾਈਮ ਜ਼ਰੂਰ ਮਿਲਦਾ। ਟਾਈਮ ਬਿਨਾਂ ਇਤਿਹਾਸ ਕਹਿ ਨਹੀਂ ਹੁੰਦਾ। ਇਹ ਬਰਾਕੀ ਸਾਹ ਦੇ ਬਾਰੇ ਵਿਚਾਰ ਕਰ ਲਈਏ, ਬਰਾਕੀ ਸਾਹ ਸੀ ਕੌਣ, ਇਹਦਾ ਕਿਉਂ ਦਿਮਾਗ ਖਰਾਬ ਹੋਇਆ ਸੀ, ਸਾਰਾ ਦਿਨ ਅੱਗੇ ਮੂਹਰੇ ਮਾਰਦਾ ਸੀ। ਸ਼ਹਿਨਸ਼ਾਹ ਦੇ 8 ਸਤੰਬਰ 1708 ਵਾਲੇ ਦਿਨ ਸਾਧੂ ਜੀ ਸਮਾਧ ਤੋਂ ਜਾਂਦੇ ਸਨ। ਮੈਂ ਸਾਧੇ ਬਾਰੇ ਬੇਨਤੀ ਕਰ ਲਵਾਂ, ਕਸ਼ਮੀਰ 'ਚ ਇੱਕ ਕਸਬਾ ਪਿੰਡ ਹੈ ਰਜੌੜੀ, ਪੁੰਛ ਜ਼ਿਲ੍ਹੇ ਦੇ ਵਿੱਚ। ਰਜੌੜੀ ਦਾ ਨਾਮ ਇਤਿਹਾਸ ਕਈ ਵਾਰੀ ਆਉਂਦਾ। ਇੱਥੇ ਇੱਕ ਰਾਮਦੇਵ ਨਾਂ ਦਾ ਰਾਜਪੂਤ ਭਾਰਤਵਜ ਗੋਤ ਦਾ ਇੱਕ ਬੰਦਾ ਰਹਿੰਦਾ ਸੀ। ਇਹਦੇ ਘਰ ਦੇ ਵਿੱਚ 26 ਅਕਤੂਬਰ ਦਾ ਦਿਨ ਸਮਾਪਤ ਹੋਇਆ, 27 ਅਕਤੂਬਰ ਦਾ ਦਿਨ ਚੜ੍ਹਨ ਵਾਲਾ, ਸ਼ਨਿਚਰਵਾਰ ਦਾ ਦਿਨ ਖਤਮ ਹੋ ਗਿਆ, ਐਤਵਾਰ ਦਾ ਦਿਨ ਚੜ੍ਹਨ ਵਾਲਾ। ਅੰਮ੍ਰਿਤ ਵੇਲੇ ਇੱਕ ਬੱਚੇ ਦਾ ਜਨਮ ਹੋਇਆ, ਇਹਦਾ ਨਾਮ ਰੱਖਿਆ ਲਕਸ਼ਮਣ ਦੇਵ। ਲਕਸ਼ਮਣ ਦੇਵ ਸਕੂਲਾਂ ਦੀ ਘਾਟ ਹੋਣ ਦੇ ਕਾਰਨ ਜਦੋਂ 14 ਸਾਲ ਦਾ ਹੋਇਆ, ਇਹਨੂੰ ਸ਼ਿਕਾਰ ਖੇਡਣ ਦਾ ਸ਼ੌਕ ਪੈ ਗਿਆ। ਇਹਨੇ ਤੀਰ ਕਮਾਨ ਚਲਾਉਣਾ ਸਿੱਖਿਆ, ਇਹਨੇ ਨੇਜੇਬਾਜ਼ੀ ਸਿੱਖੀ ਹੈ, ਇਹਨੇ ਤਲਵਾਰ ਚਲਾਉਣੀ ਸਿੱਖੀ ਹੈ, ਇਹਨੇ ਘੋੜ ਸਵਾਰੀ ਸਿੱਖੀ। ਇਹ ਸੁਬਹ ਨਿਕਲ ਜਾਂਦਾ, ਸ਼ਾਮ ਨੂੰ ਘਰੇ ਵੜਦਾ, ਇਹ ਘੁੱਗੀਆਂ ਗਟਾਰਾਂ ਚਿੱਤਰ ਮੋਰ ਮਾਰਦਾ, ਆਪਣੇ ਘਰੇ ਆ ਜਾਂਦਾ। ਇਹਦੇ ਕਸਬੇ ਦੇ ਨੇੜੇ ਦੀ ਇੱਕ ਨਦੀ ਲੰਘਦੀ ਹੈ, ਉਹਦਾ ਨਾਂ ਹੈ ਤਵੀ ਨਦੀ, ਅੱਜ ਵੀ ਵਗਦੀ। ਇਹ ਨਦੀ ਉੱਚੀਆਂ ਨੀਵੀਆਂ ਪਹਾੜੀਆਂ ਵਿੱਚ ਦੀ ਚੱਲਦੀ ਹੈ। ਇਹਦਾ ਪਾਣੀ ਧਰਤੀ ਨਾਲੋਂ ਕਾਫੀ ਡੂੰਘਾ ਹੈ, ਇਹਦੇ ਕੋਈ ਜੰਗਲ ਦਾ ਜਾਨਵਰ ਪਾਣੀ ਨਹੀਂ ਪੀ ਸਕਦਾ। ਕੀ ਹੋਇਆ, ਇੱਕ ਜਗ੍ਹਾ ਤੋਂ ਪਾਣੀ ਸਮਤਲ ਚੱਲਦਾ, ਇੱਥੇ ਜੰਗਲ ਦੇ ਜਾਨਵਰ ਪਾਣੀ ਪੀਂਦੇ ਆ। ਜਦੋਂ ਪਾਣੀ ਪੀਣ ਵਾਸਤੇ ਜਾਨਵਰ ਆਉਂਦੇ ਤੇ ਸ਼ਿਕਾਰੀਆਂ ਲੋਕਾਂ ਨੇ ਇੱਥੇ ਸ਼ਿਕਾਰ ਘਾਟ ਬਣਾ ਲਿਆ। ਜਾਨਵਰ ਪਿਆਸੇ ਆਉਂਦੇ, ਇਹ ਪੱਥਰਾਂ ਉਹਨੇ ਬਹਿ ਜਾਂਦੇ। ਜਦੋਂ ਜਾਨਵਰ ਪਾਣੀ ਪੀਂਦੇ, ਇਹ ਆਪਣੀ ਤੇਗ ਦਾ, ਆਪਣੇ ਨੇਜੇ ਦਾ, ਆਪਣੀ ਕਮਾਨ ਦਾ, ਆਪਣੇ ਤੀਰ ਦਾ, ਆਪਣੀ ਰਾਈਫਲ ਦਾ ਵਾਰ ਕਰਕੇ ਸ਼ਿਕਾਰ ਕਰਦਾ। ਸ਼ਾਇਰ ਨੇ ਦੇਖਿਆ, ਕਹਿੰਦਾ ਸ਼ਿਕਾਰੀ ਸ਼ਿਕਾਰ ਕਰਕੇ ਆਰਾਮ ਕਰਦੇ, ਪੰਛੀਆਂ ਨੂੰ ਨੱਚਦੇ ਟੱਪਦੇ ਵੇਖ ਕੇ ਤੇ ਤੇਗਾਂ ਆਪਣੀਆਂ ਤਾਈਂ ਸਲਾਮ ਕਰਦੇ। ਇੱਕ ਮਾਰ ਕੇ ਫੇਰ ਨਹੀਂ ਸਫ਼ਰ ਕਰਦੇ, ਉਹ ਲੱਖਾਂ ਜੀਵਾਂ ਦਾ ਜੀਣ
ਹਰਾਮ ਕਰਦੇ। ਇਹ ਮੁੰਡਾ ਵੀ ਸ਼ਿਕਾਰ ਘਾਟ ਤੇ ਪਹੁੰਚ ਗਿਆ, ਇਹਨੇ ਵੀ ਘੋੜਾ ਦੂਰ ਬਣਤਾ, ਇਹ ਵੀ ਪੱਥਰ ਉਹਨੇ ਬਹਿ ਗਿਆ। ਜਦੋਂ ਇਹਨੇ ਵੇਖਿਆ ਹਰਨੀਆਂ ਦੀ ਡਾਲ ਪਾਣੀ ਪੀਣ ਆਉਂਦੀ ਹੈ, ਇਹਨੇ ਪੱਤੇ ਚੋਂ ਤੀਰ ਕੱਢਿਆ, ਇਹਨੇ ਤੰਦੀ ਤੇ ਚਾੜਿਆ, ਇਹਨੇ ਖਿੱਚੀ ਤੰਦੀ, ਜਦੋਂ ਛੱਡਿਆ ਤੀਰ ਪਿਆਸੀਆਂ ਹਰਨੀਆਂ ਪਾਣੀ ਪੀਂਦੀਆਂ, ਇਹਦਾ ਤੀਰ ਨਿਸ਼ਾਨੇ ਤੇ ਜਾਵੇ। ਇੱਕ ਹਰਨੀ ਦੇ ਤੀਰ ਵੱਜਿਆ, ਉਹ ਪਾਣੀ ਪੀਂਦੀ ਪੀਂਦੀ ਇੱਕ ਵੀ ਮੁੰਡਾ ਪੱਥਰ ਤੇ ਖੜ ਕੇ ਫਿਰ ਹੱਸਿਆ, ਇਹ ਖੁਸ਼ ਹੋਇਆ। ਸਿਆਣੇ ਸੱਜਣ ਬੈਠੇ ਹੋ, ਇੱਕ ਚੋਰ ਹੁੰਦਾ ਹੈ, ਕਿਸੇ ਦੀ ਚੋਰੀ ਕਰਨੀ ਮਾੜੀ ਗੱਲ, ਪਰ ਚੋਰ ਜਦੋਂ ਚੋਰੀ ਕਰਦਾ, ਜਦੋਂ ਚੋਰੀ ਕਰਨ ਚ ਕਾਮਯਾਬ ਹੋ ਜਾਂਦਾ, ਉਹ ਫਿਰ ਖੁਸ਼ ਹੁੰਦਾ, ਉਹ ਹੱਸਦਾ। ਹਰ ਇੱਕ ਬੰਦਾ ਆਪਣੀ ਮੰਜ਼ਿਲ ਤੇ ਪਹੁੰਚ ਕੇ ਖੁਸ਼ ਹੁੰਦਾ, ਡਾਕੂ ਡਾਕਾ ਮਾਰ ਕੇ ਖੁਸ਼ ਹੁੰਦਾ। ਇੱਕ ਹੁੰਦਾ ਚੁਗਲ ਖੋਰ, ਸ਼ਾਇਰ ਕਹਿੰਦਾ ਚੁਗਲ ਖੋਰ ਨਾਲੋਂ ਪਸ਼ੂ ਚੰਗੇ, ਨਾ ਸੁਣਦੇ ਨਾ ਕਹਿੰਦੇ। ਇੱਕ ਸ਼ਾਇਰ ਨੇ ਲਿਖਿਆ, ਕਹਿੰਦਾ ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ, ਆਖਰ ਢਹਿੰਦਿਆਂ ਢਹਿੰਦਿਆਂ ਢਹਿ ਜਾ, ਰੁੱਸੇ ਹੋਏ ਨੂੰ ਜੇ ਮਨਾਵੀਏ ਨਾ, ਤੇ ਪੁਆੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ। ਉਹ ਚੁਗਲ ਖੋਰ ਦੀ ਉਹ ਚੁਗਲੀਓ ਪਾ ਜਾਂਦੇ, ਤੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਬੁਰੇ ਦੁੱਖ ਨੇ ਲੋਕੋ ਗਰੀਬੀਆਂ ਦੇ, ਤੇ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ। ਇਹ ਚੁਗਲ ਖੋਰ ਭਾਵੇਂ ਸਾਰਾ ਪਿੰਡ ਉੱਜੜ ਜੇ, ਇਹ ਚੁਗਲੀ ਕਰਕੇ ਖੁਸ਼। ਇੱਕ ਸਤਿਗੁਰੂ ਸ਼ਹਿਨਸ਼ਾਹ ਮਹਾਰਾਜ ਦੇ ਪਿਆਰੇ ਜਦੋਂ ਸਤਿਗੁਰਾਂ ਦੇ ਚਰਨਾਂ ਚ ਪਹੁੰਚ ਜਾਂਦੇ ਹੈ, ਇਹ ਵੀ ਖੁਸ਼ ਹੁੰਦੇ ਹੈ, ਇਹ ਵੀ ਫਿਰ ਹੱਥ ਜੋੜ ਕੇ ਕਹਿੰਦੇ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ। ਹਰ ਇੱਕ ਬੰਦਾ ਆਪਣੀ ਮੰਜ਼ਿਲ ਤੇ ਖੁਸ਼ ਹੁੰਦਾ ਪਹੁੰਚ ਕੇ। ਇਹ ਮੁੰਡਾ ਮੰਜ਼ਿਲ ਤੇ ਪਹੁੰਚਿਆ, ਬੜਾ ਖੁਸ਼ ਹੋਇਆ, ਮਨਾ ਐਵੇਂ ਘੁੱਗੀਆਂ ਗਟਾਰਾਂ ਮਾਰਦਾ ਫਿਰਦਾ ਸੀ, ਤੇਰੇ ਇੱਕ ਤੀਰ ਨਾਲ ਕਿੱਡਾ ਯਾਰ ਵਰ ਡਿੱਗ ਪਿਆ, ਇਹ ਭੱਜਿਆ, ਇਹ ਤੋਂ ਉਡੀਕ ਨਾ ਹੋਈ, ਇਹਨੇ ਤੜਫਦੀ ਤੜਫਦੀ ਹਰਨੀ ਦਾ ਪੇਟ ਚੀਰ ਸੁੱਟਿਆ, ਇਹਦੇ ਪੇਟ ਦੇ ਵਿੱਚੋਂ ਦੋ ਜਿਉਂਦੇ ਬੱਚੇ ਨਿਕਲ ਆਏ, ਦੋ ਜਿਉਂਦੇ ਬੱਚੇ। ਪਰ ਜਦੋਂ ਬੱਚਿਆਂ ਨੂੰ ਬਾਹਰਲੀ ਹਵਾ ਲੱਗੀ, ਇਹ ਵੀ ਤੜਫਣ ਲੱਗੇ, ਹਰਨੀ ਪੁੜਕਦੀ ਏ, ਤੜਫਦੀ ਏ, ਬੱਚੇ ਤੜਫਦੇ। ਰਾਜਪੂਤਾਂ ਦਾ 14 ਸਾਲ ਦਾ ਮੁੰਡਾ ਪੱਥਰ ਤੇ ਖਲੋਤਾ ਵੇਖ, ਮਨ ਚ ਘੋਲ ਹੋਈ ਜਾਂਦਾ, ਕਿਤੇ ਉਤਰਾਅ ਚੜਾ ਆਉਂਦੇ, ਕਿਤੇ ਕੁਛ ਸੋਚਦਾ, ਕਿਤੇ ਕੁਛ ਸੋਚਦਾ। ਜਦੋਂ ਹਰਨੀ ਤੇ ਬੱਚੇ ਪੂਰੇ ਹੋ ਗਏ, ਇਹ ਪੱਥਰ ਤੋਂ ਉਤਰਿਆ, ਜਦੋਂ ਹਰਨੀ ਦੇ ਨੇੜੇ ਗਿਆ, ਹਰਨੀ ਦੀ ਅੱਖਾਂ ਚੋਂ ਪਾਣੀ ਆਇਆ, ਇਹਨੇ ਸੋਚਿਆ ਮਨ ਅਨਰਥ ਹੋ ਗਿਆ। ਮਾੜੀ ਗੱਲ, ਹਰਨੀ ਦੀ ਉਮਰ ਤਕੜੀ ਆ, ਇਹਨੇ ਕਿਸੇ ਦੀ ਫਸਲ ਉਜਾੜੀ ਹੋਣੀ, ਇਹਨੇ ਘਾਹ ਚਰਿਆ ਹੋਣਾ, ਇਹ ਪਹਾੜਾਂ ਤੇ ਨੱਚੀ ਹੋਣੀ, ਇਹ ਕੁੱਤੀ ਹੋਣੀ ਹੈ, ਇਹ ਭੱਜੀ ਹੋਣੀ ਹੈ, ਇਹਨੇ ਬੜੇ ਸ਼ੌਕ ਪੂਰੇ ਕੀਤੇ ਆ। ਪਰ ਆਹ ਦੋ ਮਸੂਮ ਜਿਨ੍ਹਾਂ ਦੀਆਂ ਅੱਖਾਂ ਵੀ ਨਹੀਂ ਖੁੱਲੀਆਂ ਸੀ, ਇਹ ਨਹਾਕੇ ਮਰ। ਮਨਾ ਜੇ ਸ਼ਿਕਾਰ ਕਰੇਗਾ, ਜੇ ਸ਼ਿਕਾਰ ਖੇਡੇਗਾ, ਫੇਰ ਤੇ ਨਿਰਦੋਸ਼ਾਂ ਨੂੰ ਹੀ ਮਾਰੇਗਾ, ਫੇਰ ਤਾਂ ਗਿੱਲੀ ਸੁੱਕੀ ਸਾਰੀ ਮੱਚੀ ਜਾਣੀ। ਪਰ ਸ਼ਿਕਾਰ ਤੋਂ ਤੋਬਾ ਕਰ ਲੈ, ਇਹਨੇ ਪਹਿਲਾਂ ਤਲਵਾਰ ਲਾਹੀ ਅੰਬਿਆ, ਤਲਵਾਰ ਤੋੜ ਕੇ ਨਦੀ ਚ ਸੁੱਟ ਦਿੱਤੀ, ਇਹਦੇ ਮੋਢੇ ਚ ਕਮਾਨ ਲਾਈ, ਇਹਨੇ ਕਮਾਨ ਦੇ ਤੋੜ ਟੋਟੇ ਕਰਕੇ ਨਦੀ ਚ ਸੁੱਟ ਦਿੱਤੀ।
ਇਹਦੇ ਘੋੜੇ ਦੀਆਂ ਵਾਕਾਂ ਵੜਤੀਆਂ, ਇਹਦੇ ਕੱਲੀ ਕੱਲੀ ਕਾਨੀ ਨਦੀ ਚ ਸੁੱਟ ਕੇ ਰਾਜਪੂਤਾਂ ਦਾ ਸ਼ਿਕਾਰੀ ਮੁੰਡਾ ਹਰਨੀ ਤੇ ਬੱਚਿਆਂ ਦੀ ਮੌਤ ਵੇਖ ਕੇ ਤੌਲ ਧਰਮ ਦਿਆ ਕਾਪੂਤ ਬਰਾਕ ਧਾਰ ਕਰ ਮਨ ਪਚਾਟ ਹੋ ਗਿਆ, ਸਰੀਰ ਮੱਚਣ ਲੱਗ ਗਿਆ, ਜੀ ਨੀ ਲੱਗਦਾ, ਦੁਨੀਆਂ ਚੰਗੀ ਨੀ ਲੱਗਦੀ, ਮਰਿਆ ਨੀ ਜਾਂਦਾ। ਘਰੇ ਪਹੁੰਚਿਆ, ਘਰੇ ਮਨ ਨਾ ਲੱਗਾ। ਇਹਦੇ ਕਸਬੇ ਦੇ ਵਿੱਚ ਇੱਕ ਦਿਨ ਕੁਝ ਸੰਤ ਆ ਗਏ। ਇਹ ਬਰਾਕੀ ਸਾਧੂ ਸੀ, ਇਹਨਾਂ ਦਾ ਆਗੂ ਸੀ ਜਾਨਕੀ ਦਾਸ ਵੈਰਾਗੀ। ਇਹ ਜਾਨਕੀ ਦਾਸ ਵੈਰਾਗੀ ਦੇ ਕੋਲੇ ਬਹਿ ਗਿਆ। ਇਹਦੀਆਂ ਗੱਲਾਂ ਨਾਲ ਇਹ ਮਾਧੋ ਆਪਣੇ ਲਕਸ਼ਮਣ ਦੇਵ ਤੇ ਅਸਰ ਹੋ ਕੇ ਇਹ ਜਾਨਕੀ ਦਾਸ ਦਾ ਚੇਲਾ ਬਣ ਗਿਆ। ਗੁਰੂ ਜੀ ਮੈਂ ਹੁਣ ਘਰ ਨਹੀਂ ਜਾਣਾ, ਮੈਂ ਘਰ ਬਾਰ ਛੱਡ ਦੇਣਾ, ਮੈਨੂੰ ਆਪਣੇ ਲੜਨਾ। ਇਹ ਜਾਨਕੀ ਦਾਸ ਦੇ ਸੰਤ ਮੰਡਲੀ ਚ ਸ਼ਾਮਿਲ ਹੋ ਗਿਆ, ਇਹਦਾ ਨਾਮ ਪੈ ਗਿਆ ਮਾਧੋ ਦਾਸ। ਇਹ 2 ਸਾਲ ਕਸ਼ਮੀਰ ਦੇ ਮੰਦਰਾਂ ਦੀ ਤੀਰਥਾਂ ਦੀ ਯਾਤਰਾ ਕਰਦਾ ਹੋਇਆ 13 ਅਪ੍ਰੈਲ ਮੰਗਲਵਾਰ ਵਾਲਾ ਦਿਨ 1686 ਈਸਵੀ ਨੂੰ ਇਹ ਪੰਜਾਬ ਦਾਖਲ ਹੋ ਗਿਆ। ਪੰਜਾਬ ਇਹ ਕਿੱਥੇ ਪਹੁੰਚਿਆ? ਇਹ ਅੱਜ ਪਾਕਿਸਤਾਨ ਦੇ ਵਿੱਚ ਜ਼ਿਲ੍ਹੇ ਕਸੂਰ ਚ ਰਾਮ ਥੰਮਣ ਦਾ ਡੇਰਾ ਹੈ। ਰਾਮ ਥੰਮਣ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਮਾਸੀ ਦੇ ਪੁੱਤ ਸਨ, ਬਰਾਗੀ ਸੰਤ। ਉਹਨਾਂ ਦੇ ਡੇਰੇ ਤੇ ਮੇਲਾ ਲੱਗਦਾ ਸੀ ਵਿਸਾਖੀ ਵਾਲੇ ਦਿਨ, ਉੱਥੇ ਆ ਗਿਆ। ਇਹਦਾ ਮਲਾਪ ਹੋਰ ਸੰਤਾਂ ਨਾਲ ਹੋ ਗਿਆ, ਇਹਨੂੰ ਰਾਮਦਾਸ ਚੰਗਾ ਲੱਗਿਆ, ਇਹਨੇ ਜਾਨਕੀ ਦਾਸ ਬਰਾਗੀ ਨੂੰ ਛੱਡਤਾ, ਇਹ ਰਾਮਦਾਸ ਦਾ ਚੇਲਾ ਬਣ ਗਿਆ। ਕੁਝ ਸਮਾਂ ਰਾਮਦਾਸ ਕੋਲੇ ਰਿਹਾ, ਇਹਨੂੰ ਫੇਰ ਨਾਲ ਸ਼ਾਂਤੀ ਮਿਲੀ, ਇਹ ਰਾਮਦਾਸ ਨੂੰ ਵੀ ਛੱਡ ਗਿਆ। ਪੰਜਾਬ ਚੋਂ ਭੜਕਦਾ ਭੜਕਦਾ ਇਹ ਕਿੱਥੇ ਪਹੁੰਚ ਗਿਆ? ਪੰਚਵਟੀ ਦੇ ਜੰਗਲਾਂ ਚ ਪਹੁੰਚ। ਇੱਕ ਮੈਂ ਨਾਂ ਬੋਲਣਾ, ਪਰਮਜੀਤ ਸਿੰਘ ਜੀ ਤਾਜਪੁਰੀ, ਬਹੁਤ ਸਾਰਾ ਮਾਣ ਕਰਕੇ ਨੌਜਵਾਨ ਆਗੂ ਮੈਂ ਧੰਨਵਾਦ ਕਰਦਾ, ਨਾਂ ਬੋਲਣਾ ਭੁੱਲ ਗਿਆ। ਗੱਲ ਮੈਂ ਕਰ ਰਿਹਾ ਸੀ, ਧਿਆਨ ਦਿਓ, ਇਹ ਕਿੱਥੇ ਪਹੁੰਚਿਆ? ਇਹ ਪੰਚਵਟੀ ਦੇ ਜੰਗਲਾਂ ਚ ਪਹੁੰਚ ਗਿਆ। ਇਹਨੇ ਬਾਸ ਕੱਟੇ ਆ, ਇਹਨੇ ਪਿਰਚ ਕੱਟੇ ਆ, ਇਹਨੇ ਇੱਕ ਛੋਟੀ ਜਿਹੀ ਕੁਟੀਆ ਬਣਾਈ, ਇੱਥੇ ਭਗਤੀ ਕਰਨ ਲੱਗ ਗਿਆ। ਇਹਦੀ ਕੁਟੀਆ ਦੇ ਵਿੱਚ ਇੱਕ ਫਿਰਦਾ ਤੁਰਦਾ ਜੋਗੀ ਆ ਗਿਆ। ਜੋਗੀ ਇਹਦਾ ਨਾਮ ਸੀ ਔਕੜਨਾਥ। ਔਕੜਨਾਥ ਜੋਗੀ ਇਹਦੀ ਕੁਟੀਆ 'ਚ ਆ ਗਿਆ। ਇਹਨੇ ਜੋਗੀ ਦੀ ਸੇਵਾ ਕੀਤੀ, ਜੋਗੀ ਨੂੰ ਕੋਲੇ ਰੱਖ ਲਿਆ। ਇਹਦੀ ਸੇਵਾ ਤੋਂ ਖੁਸ਼ ਹੋ ਕੇ ਜੋਗੀ ਨੇ ਇਹਨੂੰ ਯੋਗ ਦੇ ਆਸਣ ਸਮਝਾ ਦਿੱਤੇ, ਇਹਨੂੰ ਰਿਤੀਆ ਸਿੰਘਾਂ ਦਾ ਬਾਲਕ ਬਣਾ ਦਿੱਤਾ, ਇਹਨੂੰ 4 ਪੀਰ ਫਸਟ ਕਰ ਦਿੱਤੇ। ਆਖਰ ਕੀ ਹੋਇਆ? 3 ਦਸੰਬਰ 1691 ਵਾਲਾ ਦਿਨ ਆਇਆ, ਔਕੜਨਾਥ ਜੋਗੀ ਦੀ ਮੌਤ ਹੋਣ ਲੱਗੀ। ਇਹ ਜੋਗੀ ਦੇ ਪੈਰਾਂ ਕੋਲੇ ਬੈਠਾ ਹੈ ਜੋਗੀ ਰਾਜ, ਤੁਸੀਂ ਅੱਜ ਮੈਨੂੰ ਛੱਡ ਕੇ ਜਾ ਰਹੇ, ਮੇਰੀ ਇੱਕ ਗੱਲ ਦਾ ਜਵਾਬ ਦੇ ਕੇ ਜਾਇਓ। ਮੈਂ ਘਰ ਬਾਰ ਛੱਡਿਆ, ਮੈਂ 3 ਗੁਰੂ ਬਦਲੇ, ਪਰ ਜੋਗੀ ਰਾਜ ਮੈਨੂੰ ਇਹ ਦੱਸੋ ਵੀ ਮੈਨੂੰ ਸ਼ਾਂਤੀ ਕਿਉਂ ਨਹੀਂ ਮਿਲੀ? ਅੱਜ ਮੈਂ ਸੰਤ ਵੀ ਬਣ ਗਿਆ। ਜੋਗੀ ਕਹਿੰਦਾ, ਪੁੱਤਰਾ ਮਾਧੋ ਦਾਸ ਤੈਨੂੰ ਪੂਰਾ ਗੁਰੂ ਨਹੀਂ ਮਿਲੇ। ਜਿਸ ਦਿਨ ਤੈਨੂੰ ਪੂਰਾ ਗੁਰੂ ਮਿਲਿਆ ਨਾ, ਤੈਨੂੰ ਸ਼ਾਂਤੀ ਉਸ ਦਿਨ ਮਿਲਣੀ ਹੈ, ਉਹਨਾਂ ਚਿਰ ਸ਼ਾਂਤੀ ਨਹੀਂ ਮਿਲਦੀ।
ਇਹ ਕਹਿੰਦਾ ਫਿਰ ਗੁਰੂ ਜੀ ਮੈਂ ਹੁਣ ਤੱਕ ਅਧੂਰਿਆਂ ਨਾਲ ਨਹੀਂ ਫਿਰਦਾ ਰਿਹਾ। ਜੋਗੀ ਕਹਿੰਦਾ ਮੈਂ ਤਾਂ ਨਹੀਂ ਕਹਿ ਸਕਦਾ, ਪਰ ਮੈਨੂੰ ਲਾਲਚ ਸੀ ਵੀ ਮੈਂ ਤੈਨੂੰ ਯੋਗ ਦੇ ਆਸਣ ਸਮਝਾਵਾਂ। ਮੈਂ ਬਿਰਧ ਸੀ, ਅਗਰ ਮੈਂ ਤੇਰੇ ਕੋਲੇ ਨਾ ਆਉਂਦਾ, ਮੈਂ ਤੈਨੂੰ ਨਾ ਕੁਝ ਸਮਝਾਉਂਦਾ, ਤੂੰ ਮੇਰੀ ਸੇਵਾ ਨਹੀਂ ਕਰਦਾ। ਮੈਨੂੰ ਤੇ ਆਪਣੇ ਵਿਅਰਥ ਪੜੇ ਦਾ ਲਾਲਚ ਸੀ, ਮੈਂ ਤੇਰਾ ਗੁਰੂ ਨਹੀਂ ਸੀ। ਕੀ ਹੋਇਆ, 3 ਦਸੰਬਰ 1691 ਨੂੰ ਇਹ ਪੂਰਾ ਹੋ ਗਿਆ। ਜੋ ਇਹਦਾ ਹੁਣ ਜੀ ਨਹੀਂ ਲੱਗਦਾ, ਇਹ ਇਕੱਲਾ ਰਹਿ ਗਿਆ। ਇਹਨੇ 11 ਜਨਵਰੀ ਵਾਲੇ ਦਿਨ 1692 ਨੂੰ ਆਪਣੀ ਕੁੱਟੀਆਂ ਨੂੰ ਅੱਗ ਲਾ ਦਿੱਤੀ। ਮਾਧੋ ਦਾਸ ਨੂੰ ਅੱਗ ਲਾ ਕੇ ਕੁੱਟੀਆਂ ਨੂੰ ਇਹ ਪੰਚਵਟੀ ਦੇ ਜੰਗਲ 11 ਜਨਵਰੀ ਨੂੰ ਛੱਡ ਕੇ ਅੱਗੇ ਤੁਰ ਗਏ। ਕਿੱਥੇ ਪਹੁੰਚਿਆ, 1692 ਦਾ ਚੱਲਿਆ ਹੋਇਆ ਮਹਾਰਾਸ਼ਟਰ ਦੇ ਵਿੱਚ ਗੋਦਾਵਰੀ ਨਦੀ ਦਾ ਕਿਨਾਰਾ ਸੋਹਣਾ ਲੱਗਿਆ, ਬੜਾ ਸੋਹਣਾ ਘਾਹ ਹੈ, ਇੱਥੇ ਨੇ ਡੇਰੇ ਲਾ ਲਾ। ਇਹਨੂੰ 16 ਸਾਲ ਲੰਘ ਗਏ ਇੱਥੇ ਬੈਠੇ ਨੂੰ, 16 ਸਾਲ ਇਹਦੇ ਚੇਲੇ ਬਣ ਗਏ, ਇਹਦੇ ਚ ਪਟਾਵਾ ਚੜ੍ਹਨ ਲੱਗ ਗਈਆ। ਇਹਨੇ 360 ਚੇਲੇ ਬਣਾ ਲਏ, ਬਾਗ ਲਾ ਲਏ, ਫੁੱਲ ਲਾ ਲਏ, ਫਲ ਲਾ ਲਏ, ਬਗੀਚਾ ਲਾ ਲਿਆ ਤੇ ਆਪਣੀ ਧਾਕ ਇਲਾਕੇ ਚ ਪਾ ਲਈ। ਇਹ ਸ਼ੁਗਲ ਕਰਦਾ ਕਰਦਾ 16 ਸਾਲ ਗੋਦਾਵਰੀ ਦੇ ਕਿਨਾਰੇ ਨੰਗਾ ਬੈਠਾ। ਅੱਜ ਆ ਗਿਆ ਕੋਈ ਸੁੱਤੀਆਂ ਕਲਾ ਜਗਾਉਣ ਵਾਲਾ, 21 ਸਤੰਬਰ 1708 ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਦੇ ਡੇਰੇ ਚ ਪੈਰ ਰੱਖੇ। ਇਹਦੇ ਚੇਲੇ ਭੱਜ ਕੇ ਅੱਗੇ ਆਏ,